बिना डाइट मेहनत तो हर रेस्ट तो प्लेयर कभी बने नहीं सकता जे तिना चीज़ा प्रॉपर नहीं है जी। बाकी है भी कोच साहब का हाथ सिर पर चाहिए जी, फिर तो परमात्मा आपे सारा कुछ कर दे। करमजीत जी तुसी की कहना चाहते हो आने वाले समय की कबड्डी लई? मैं आने वाले समय की कबड्डी लई तो मैं यही कहना चाहना भी जे कितें सरकार ने तो ना कुछ उपराला करिया ते बच्चे की करनगे? दसो तुसी मैनूं इह 5 साल 7 साल 8 साल 10 साल कबड्डी खेलने जी, इन्हों का फ्यूचर कितने स्क्वेयर होएगा जी? मैं दसे सरकार तो मैं पूछना चाहता आखिरकार इन्हों का फ्यूचर जाएगा तो जाएगा कितने? मैं कोच साहब ने ही बनाया दगाल वाले बिट्टू तो बाद कहने भी तुहाडा काफी वधिया नाल मैं दगाल नाल खेडदा सी, बिट्टू नाल कट्ठे असी हम शकल दे हुंदे सी, जदों खेडदे इक साइड ही खेडदे सी। अच्छा, इक साइड ही खेडदे सी? हां, गब्बर नाल जांदा सी ना, गब्बर लै के जांदा सी वीर दे। बिट्टू नाल मैं ओह खेडे, मैं ओह मैच खेडा। बाहर कड़े कड़े कंट्री? मैं इंग्लैंड खेडया बाहर। इंग्लैंड 2006 च? ਕਿਹੜੀਆਂ ਕਿਹੜੀਆਂ ਕਲੱਬਾਂ ਵੱਲੋਂ ਹੋਰ ਮੌਕਾ ਮਿਲਿਆ? ਮੌਕਾ ਉਹ ਤੋਂ ਬਾਅਦ ਮਿਲਿਆ ਸੀ, ਦੋ ਪਾਸੇ ਉਹ ਨਾ ਇੰਗਲੈਂਡ ਜਾ ਹੋਏ ਨਾ ਕਨੇਡਾ ਜਾ ਹੋਏ, ਦੋਨੋਂ ਪਾਸੇ ਪੇਪਰ ਆ ਰਹੇ ਸੀ, ਇੱਕ ਪਾਸੇ ਮੈਂ ਮਨਾ ਕਰਤਾ, ਇੱਕ ਪਾਸੇ ਕਲੱਬ, ਫਿਰ ਉਹ ਮੈਂ ਉਹ ਹੋ ਗਿਆ ਸੀ। ਕਦੋਂ ਤੱਕ ਖੇਡੇ ਤੁਸੀਂ? ਮੈਂ 2012 ਤੱਕ। 2012 ਤੱਕ? ਅਤੇ 2012 ਤੋਂ ਲੈ ਕੇ ਜਿਹੜੀ ਤੁਸੀਂ ਕਬੱਡੀ 12 ਤੱਕ ਜਿਹੜੀ ਕਬੱਡੀ ਖੇਡੀ, ਇੱਕ ਤੋਂ 12 ਤੱਕ ਖੇਡੀ, ਅਤੇ ਉਹ ਤੋਂ ਬਾਅਦ ਅੱਜ ਦੀ ਕਬੱਡੀ ਅਤੇ ਉਦੋਂ ਵਾਲੀ ਕਬੱਡੀ 'ਚ ਕੀ ਡਿਫਰੈਂਟ ਲੱਗਦਾ ਤੁਹਾਨੂੰ? ਬਹੁਤ ਫਰਕ ਆ ਜੀ, ਹੁਣ ਮੁੰਡੇ ਰਾਤੋਂ ਰਾਤ ਸਟਾਰ ਬਣਨਾ ਚਾਹੁੰਦੇ ਨੇ, ਉਸ ਟਾਈਮ ਮਿਹਨਤਾਂ ਕਰਕੇ ਦੋ ਦੋ ਤਿੰਨ ਤਿੰਨ ਲੱਖ ਮਿਹਨਤ ਕਰਕੇ ਬਣਦੇ ਸੀ। ਉਹ ਨਹੀਂ ਹੋਣਾ ਚਾਹੀਦਾ, ਉਹ ਨਹੀਂ ਹੋਣਾ ਚਾਹੀਦਾ, ਸਟੈਪ ਟੂ ਸਟੈਪ। ਔਰ ਇੱਕ ਵਾਸਤੇ ਫਿਰ ਮੈਂ ਚੱਕ ਦੇ ਭੌਂਕੜ ਦੇਖੀ ਜਾ, ਚੱਕ ਲੈ ਭੌਂਕੜ। ਹਾਂ, ਚੱਕ ਲਾਂਗੇ ਐਤਕੀ ਖੇਡਦੇ। ਅੱਛਾ ਜੀ। ਹਾਂਜੀ ਹਾਂਜੀ, ਅਲੱਗ ਅਲੱਗ ਚੱਲਦਾ ਜੀ ਸਾਰਾ ਕੁਛ। ਉਦਾਂ ਫਿੱਟ ਹੈ ਪੂਰਾ ਸਰੀਰ? ਹਾਂਜੀ ਫਿੱਟ ਹੈ ਜੀ, ਮਹਾਰਾਜ ਦੀ ਕਿਰਪਾ ਜੀ, ਦੇਖੋ ਮੈਚ ਖੇਡ ਕੇ ਪਤਾ ਲੱਗੂਗਾ ਜੀ ਕਿੱਦਾਂ ਜੀ। ਹਾਂਜੀ ਦੋਸਤੋ, ਬੈਦਵਾਨ ਸਪੋਰਟਸ ਕਲੱਬ ਮੌਲੀ ਬੈਦਵਾਨ, ਅੱਜ ਆਪਾਂ ਇਸ ਅਕੈਡਮੀ ਦੇ ਵਿੱਚ ਪਹੁੰਚੇ ਹੋਏ ਹਾਂ। ਦੇਖੋ, ਜਿੱਥੇ ਕਬੱਡੀ ਦੇ ਇੰਟਰਨੈਸ਼ਨਲ ਪਲੇਅਰ ਅੱਜ ਪੂਰੀ ਮਿਹਨਤ ਲਾ ਰਹੇ ਆ ਆਉਣ ਵਾਲੇ ਕਬੱਡੀ ਸੀਜ਼ਨ ਲਈ ਆਪਣੀ ਤਿਆਰੀ ਕਰਦੇ ਹੋਏ ਆ, ਇਹਦੇ ਵਿੱਚ ਕੁਝ ਭਲਵਾਨ ਵੀ ਨੇ। ਔਰ ਸਾਹਮਣੇ ਦੇਖ ਰਿਹਾ ਮੱਖਣ ਸਿੰਘ ਜੀ, ਕਜੇੜੀ ਸਾਹਿਬ, ਉਹ ਇਹਨਾਂ ਪਲੇਅਰਾਂ ਨੂੰ ਮਿਹਨਤ ਕਰਵਾ ਰਿਹਾ। ਇੱਧਰ ਵੇਖੋ ਆਹ ਜੋੜੀ, ਪੋਪਾ ਮੌਲੀ ਵਾਲਾ ਜਸ਼ਨ ਚਿੱਲਾ ਅਤੇ ਜਸ਼ਨ ਚਿੱਲੇ ਵਾਲਾ, ਇਹ ਦੇਖੋ ਕੁਸ਼ਤੀ ਦੀ ਰਿਹਰਸਲ ਕਰਦੇ ਹੋਏ ਆ। ਮੌਲੀ ਵਾਲੇ ਪੋਪੇ ਨੂੰ ਦੁਨੀਆ ਪਿਆਰ ਕਰਦੀ ਆ, ਅੱਜ ਉਹ ਵੀ ਇਸ ਕੈਂਪ ਦਾ ਹਿੱਸਾ ਬਣਿਆ ਹੋਇਆ। ਦੇਖੋ ਐਨ ਪੂਰਾ ਤਿਆਰ। ਅਤੇ ਇੱਧਰ ਦੇਖੋ ਗੁਰਦੀਪ ਜੀਰਕਪੁਰੀਆ ਅਤੇ ਨਾਲ ਕੀਤੂ ਬੁੱਢਣਪੁਰ, ਇਹ ਵੀ ਐਨ ਆਪਣਾ ਜ਼ੋਰ ਜਿਹੜਾ ਅਜਮਾਈ ਇਸ ਅਖਾੜੇ ਵਿੱਚ ਕਰ ਰਹੇ ਆ। ਇਹ ਵੀ ਨੌਜਵਾਨ ਆਉਣ ਵਾਲੇ ਸਮੇਂ ਲਈ ਆਪਣੇ ਆਪ ਨੂੰ ਕਬੱਡੀ ਦੇ ਸੀਜ਼ਨ ਲਈ ਤਿਆਰ ਕਰਦੇ ਹੋਏ ਆ। ਯਾਨੀ ਕਹਿਣ ਤੋਂ ਭਾਵ ਇਸ ਇਲਾਕੇ ਦੇ ਜਿਹੜੇ ਇੰਟਰਨੈਸ਼ਨਲ ਪਲੇਅਰ ਆ ਉਹ ਲਗਾਤਾਰ ਜੁਟੇ ਹੋਏ ਆ ਮਿਹਨਤ ਕਰਨ ਦੇ ਵਿੱਚ, ਲਗਾਤਾਰ ਤਿਆਰੀਆਂ ਚੱਲ ਰਹੀਆਂ ਆਉਣ ਵਾਲੇ ਕਬੱਡੀ ਦੇ ਸੀਜ਼ਨ ਦੇ ਲਈ, ਕਿਉਂਕਿ ਲੋਕਡਾਊਨ ਦੌਰਾਨ ਕਾਫੀ ਲੰਮਾ ਸਮਾਂ ਇਹਨਾਂ ਪਲੇਅਰਾਂ ਨੂੰ ਘਰ ਬੈਠਣਾ ਪਿਆ। ਕੋਈ ਕਬੱਡੀ ਖੇਡ ਰਿਹਾ ਔਰ ਕੋਈ ਕੁਸ਼ਤੀ ਕਰ ਰਿਹਾ ਅਤੇ ਕੋਈ ਜਿੰਮ ਲਾ ਰਿਹਾ। ਇੱਧਰ ਦੇਖੋ ਹੁਣ ਆਪਾਂ ਆਉਂਦੇ ਹਾਂ ਪੰਮਾ ਸੁਹਾਣਾ ਜੀ, ਇਹ ਜਿੰਮ ਵੀ ਇੱਥੇ ਅਖਾੜੇ ਦੇ ਵਿੱਚ ਨਾਲ ਨਾਲ ਇੱਥੇ ਹੀ ਰੱਖਿਆ ਹੋਇਆ, ਇੱਥੇ ਸਾਰੇ ਪਲੇਅਰ ਜਿੰਮ ਵੀ ਕਰਦੇ ਆ। ਉਹਨਾਂ ਦੇ ਵਿੱਚੋਂ ਦੇਖੋ ਦੁਨੀਆ ਦੇ ਸੁਪਰ ਸਟਾਰਾਂ ਦੇ ਵਿੱਚੋਂ ਸੁਹਾਣਾ ਵਾਲਾ ਪੰਮਾ, ਪੰਮਾ ਸੁਹਾਣੇ ਵਾਲਾ ਲਗਾਤਾਰ ਜਿੰਮ ਲਾ ਰਿਹਾ। ਪੰਮੇ ਬਾਈ ਕਿੰਨੀ ਦੇਰ ਲਾਉਂਦੇ ਜਿੰਮ ਤੁਸੀਂ? ਪਹਿਲਾਂ ਗਰਾਊਂਡ ਫਿਰ ਅੱਧਾ ਘੰਟਾ ਜਿੰਮ ਹੈ ਹਰ ਰੋਜ਼? ਆਹ ਦੇਖੋ ਪੰਮਾ ਸੁਹਾਣਾ ਜੀ ਲਗਾਤਾਰ ਜਿੰਮ ਦੇ ਵਿੱਚ ਵਰਜਿਸ਼ ਕਰਦੇ ਹੋਏ ਆ, ਅਤੇ ਨਾਲ ਗੁਰਦੀਪ ਜੀਰਕਪੁਰ ਜੀ
ਆਹ ਦੇਖੋ ਕੀਤੂ ਰੱਸਾ ਡੰਡ ਲਗਾਤਾਰ ਕੀਤੂ ਰੱਸੇ ਦੀ ਮਿਹਨਤ ਅਤੇ ਆਹ ਦੇਖੋ ਨਵੇਂ ਗੱਭਰੂ ਡੰਡ ਲਾ ਰਿਹਾ ਜਸਨ ਚਿੱਲਾ ਪੋਪਾ ਪੋਪੇ ਚੱਲੀ ਜਾਂਦੀ ਹੈ ਮਿਹਨਤ ਪੂਰੀ ਹਾਂਜੀ ਹਾਂ ਬਾਈ ਪੂਰੀ ਚੱਲੀ ਜਾਂਦੀ ਹੈ ਜੀ ਹੈ ਹਾਂਜੀ ਸਿਹਤ ਕਿਵੇਂ ਹੁਣ ਫਿੱਟ ਹੈ ਹਾਂ ਫਿੱਟ ਹੈ ਬਾਈ ਜੀ ਤਿਆਰੀ ਆਉਣ ਵਾਲੇ ਦਿਨਾਂ 'ਚ ਤਿਆਰੀ ਹੈ ਬਾਈ ਪੂਰੀ ਨਹੀਂ ਉਹ ਹਾਰ ਦਾ ਹਾਲੇ ਤਾਂ ਜੱਟ ਪੂਰਾ ਕਾਇਮ ਹੋਇਆ ਹੈ ਅਜੇ ਜੱਟ ਕਾਇਮ ਹੈ ਅਜੇ ਸ਼ੇਰ ਬੁੱਢਾ ਨਹੀਂ ਹੋਇਆ ਬਿਲਕੁਲ ਸਹੀ ਆ ਅੱਜ ਵੀ ਕੋਈ ਬੁੱਢਾ ਨਹੀਂ ਆਉਂਦਾ ਜੀ ਮਿਹਨਤ ਉੱਨੀ ਓ ਚੱਲਦੀ ਹੈ ਪੱਪੇ ਮਿਹਨਤ ਉੱਨੀ ਓ ਚੱਲਦੀ ਹੈ ਆਹ ਦੇਖੋ ਜਸ਼ਨ ਸਾਡੇ ਨਾਲ ਜਸ਼ਨ ਜੀ ਤੁਹਾਨੂੰ ਕਿੰਨੀ ਦੇਰ ਹੋਇਆ ਖੇਡਦੇ ਆ ਮੈਨੂੰ ਹੋ ਗਈ 2-3 ਸਾਲ ਹੋ ਗਏ ਹੈ 2-3 ਸਾਲ ਹੋ ਗਏ 2-3 ਸਾਲ ਤੇ ਮੈਚ ਖੇਡੇ ਆ ਹਾਂਜੀ ਇੱਕ ਦੋ ਖੇਡੇ ਬਤੌਰ ਰੇਡਰ ਹਾਂਜੀ ਬਤੌਰ ਰੇਡਰ ਕਿੱਦਾਂ ਰਹੇ ਪਹਿਲਾਂ ਜਿਹੜੇ ਮੈਚ ਖੇਡੇ ਆ ਬਹੁਤ ਵਧੀਆ ਲੱਗੇ ਮੈਚ ਆਉਣ ਵਾਲੇ ਦਿਨਾਂ 'ਚ ਕੀ ਤਿਆਰੀ ਆ ਫੁੱਲ ਤਿਆਰੀ ਹੈ ਜੀ ਫੁੱਲ ਤਿਆਰੀ ਆ ਆਉਣ ਵਾਲੇ ਸਮੇਂ ਲਈ ਪੂਰੀ ਤਿਆਰੀ ਆ ਕਿਹੜੀ ਟੀਮ ਵੱਲੋਂ ਇਸੇ ਵੱਲੋਂ ਬੈਸਟ ਆਫ ਲੱਕ ਥੈਂਕ ਯੂ ਦੇਖੋ ਸਾਰੇ ਨਵੇਂ ਮੁੰਡੇ ਇਹ ਵੀ ਮਿਹਨਤ ਕਰ ਰਹੇ ਆ ਅਤੇ ਨਾਲ ਕੀਤੂ ਕੀਤੂ ਬਾਈ ਕਿੱਦਾਂ ਕਿਵੇਂ ਚੱਲਦੀ ਆ ਮਿਹਨਤ ਹੁਣ ਅੱਗੇ ਨੂੰ ਕੀਤੂ ਵਜਨ ਤੁਹਾਡਾ ਵਧਿਆ ਜਾਂ ਤੁਸੀਂ ਘਟਾਇਆ ਵਧਾਇਆ ਘੱਟ ਜੂਗਾ ਮੈਚਾਂ ਰੋਜ਼ ਖੇਲ ਖੇਲ ਕੇ ਫਿੱਟ ਹੋ ਜੂਗਾ ਫਿੱਟ ਹੋ ਜੂ ਹੈ ਉਦਾਂ ਮੂਵਮੈਂਟ ਕਿੱਦੀ ਆ ਕਿੱਦਾਂ ਸਰੀਰ ਦੀ ਤੁਹਾਡੇ ਦੀ ਸਰੀਰ ਪੂਰਾ ਵਧੀਆ ਜੀ ਮਿਹਨਤ ਲਾਈ ਜਾਂਦੇ ਪੂਰਾ ਮੁੜਦਾ ਵਜਨ ਦੀ ਕੋਈ ਪ੍ਰੋਬਲਮ ਨਹੀਂ ਮਿਹਨਤ ਲਾਈ ਜਾਂਦੇ ਜੀ ਰੋਜ਼ ਕਦੋਂ ਕੁ ਮੈਚ ਖੇਡਣਾ ਹੁਣ ਮੈਚ ਬਸ 18 ਨੂੰ ਪਹਿਲਾਂ ਮੈਚ ਖੇਡਣੀ 18 ਨੂੰ ਹੈ ਬੈਸਟ ਆਫ ਲੱਕ ਖਿੱਚ ਕੇ ਰੱਖੋ ਕੰਮ ਨੂੰ ਆਉਣ ਵਾਲੇ ਸੀਜ਼ਨ ਵਾਸਤੇ ਫਿਰ ਚੱਕ ਦੋ ਭੌਂਕੜ ਦੇਖੀ ਜਾ ਚੱਕਣੇ ਭੌਂਕੜ ਚੱਕ ਦਾਂਗੇ ਵੈਰੀ ਗੁੱਡ ਪੰਮਾ ਜੀ ਦਾ ਕਹਿਣਾ ਕਿ ਭੁਮੱਕੜ ਚੱਕ ਦੇਣਾ ਇਸ ਵਾਰ ਪੂਰੀ ਤਿਆਰੀ 'ਚ ਆ ਬਾਈ ਸਾਡਾ ਸਾਡੇ ਵੱਲੋਂ ਬੈਸਟ ਵਿਸ਼ ਸ਼ੁਭ ਦੁਆਵਾਂ ਪੰਮੇ ਦੇ ਲਈ ਕਿ ਆਉਣ ਵਾਲੇ ਜਿਹੜੇ ਸੀਜ਼ਨ ਹੈ ਸਾਰੀ ਟੌਪ ਦੇ ਰਹਿਣ ਪੰਮੇ ਲਈ ਬੈਸਟ ਆਫ ਲੱਕ ਥੈਂਕ ਯੂ ਪੰਮਾ ਜੀ ਥੈਂਕ ਯੂ ਦੇਸ਼ ਵਿਦੇਸ਼ ਤੋਂ ਕਬੱਡੀ ਦੀਆਂ ਗੱਲਾਂ ਯੂਟਿਊਬ ਚੈਨਲ ਵੇਖ ਰਹੇ ਸਾਰੇ ਸਰੋਤਿਆਂ ਨੂੰ ਔਰ ਸਾਰੇ ਹੀ ਰੱਬ ਵਰਗੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਣੀ ਕਿ ਤੁਹਾਡੇ ਆਪਣੇ ਸਵਰ ਸਿੰਘ ਸੰਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਦੋਸਤੋ ਅੱਜ ਤੁਹਾਨੂੰ ਅਸੀਂ ਇੱਕ ਐਸਾ ਕੈਂਪ ਦਿਖਾਉਣ ਜਾ ਰਹੇ ਹਾਂ ਉਹ ਪਿੰਡ ਜ਼ਿਲ੍ਹੇ ਪੰਜਾਬ ਦੀ ਧਰਤੀ ਦਾ ਜਿਸ ਪਿੰਡ ਨੇ 2000 ਦੇ ਵਿੱਚ ਇਸ ਧਰਤੀ ਤੋਂ ਕਬੱਡੀ ਦੀ ਚਿਣਗ ਲਾਈ ਕਬੱਡੀ ਦੀ ਸ਼ੁਰੂਆਤ ਕੀਤੀ ਅਤੇ ਅੱਜ ਉਹ ਪਿੰਡ ਅਤੇ ਅੱਜ ਉਹ ਅਕੈਡਮੀ ਦੁਨੀਆ ਦੀ ਨੰਬਰ 1 ਅਕੈਡਮੀ ਬਣ ਚੁੱਕੀ ਹੈ ਜਿਸ ਅਕੈਡਮੀ ਦਾ ਨਾਂ ਬੈਦਵਾਂ ਸਪੋਰਟਸ ਕਲੱਬ ਮੌਲੀ ਬੈਦਵਾਂ ਬਹੁਤ ਵੱਡੀ ਸਾਡੀ ਖੇਡ ਕਲੱਬ ਹੈ ਜਿਸ ਕਲੱਬ ਨੇ ਹੁਣ ਤੱਕ ਸੈਂਕੜੇ ਕਬੱਡੀ ਦੇ ਸਟਾਰ ਖਿਡਾਰੀ ਸਾਡੀ ਖੇਡ ਕਬੱਡੀ ਨੂੰ ਦਿੱਤੇ ਹੈ ਇਹ ਸਟਾਰ ਖਿਡਾਰੀ ਕਿਹਨਾਂ ਨੇ ਤਿਆਰ ਕੀਤੇ ਆ ਕਿਹਨਾਂ ਨੇ ਚਿਣਗ ਲਾਈ ਇਸ ਇਲਾਕੇ ਨੂੰ ਇਸ ਨਗਰਾਂ ਨੂੰ ਇਸ ਏਰੀਏ ਨੂੰ ਉਹਨੇ ਬਹੁਤ ਹੀ ਸਤਿਕਾਰਯੋਗ ਮਾਸਟਰ ਭੁਪਿੰਦਰ ਸਿੰਘ ਜੀ ਭਿੰਦਾ ਕੁੰਬੜਾਂ ਵਾਲੇ ਔਰ ਸਰਦਾਰ ਮੱਖਣ ਸਿੰਘ ਜੀ ਗਜਹੇੜੀ ਸਾਹਿਬ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ
ਆਪਣੇ ਘਰੇਲੂ ਕੰਮਕਾਰ ਛੱਡ ਕੇ ਆਪਣੇ ਕੰਮਾਂ ਧੰਦਿਆਂ ਦੀ ਪਰਵਾਹ ਨਾ ਕਰਦੇ ਹੋਏ ਸਾਡੀ ਖੇਡ ਕਬੱਡੀ ਨੂੰ ਪ੍ਰਫੁੱਲਿਤ ਕਰਨ ਦੇ ਲਈ ਇਸ ਇਲਾਕੇ ਦੇ ਪਲੇਅਰਾਂ ਨੂੰ ਆਪਣੇ ਕੈਂਪ ਦੇ ਵਿੱਚ ਲਿਆਂਦਾ ਔਰ ਆਪਣੀ ਕੋਚਿੰਗ ਦੇ ਕੇ ਉਹਨਾਂ ਨੂੰ ਵਧੀਆ ਸਟਾਰ ਖਿਡਾਰੀ ਬਣਾਇਆ ਅਤੇ ਅੱਜ ਉਹਨਾਂ ਖਿਡਾਰੀਆਂ ਦਾ ਨਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੂੰਜਦਾ। ਸਭ ਤੋਂ ਪਹਿਲੇ ਸਮਿਆਂ ਦੀ ਗੱਲ ਕਰੀਏ 2000 ਸਮਿਆਂ ਦੇ ਵਿੱਚ ਸਭ ਤੋਂ ਵੱਡਾ ਸਟਾਰ ਇਸ ਇਲਾਕੇ ਨੇ ਸਾਨੂੰ ਗੱਬਰ ਮੌਲੀ ਬੈਦ ਬਣ ਵਾਲਾ ਦਿੱਤਾ, ਉਹ ਵੀ ਸਰਦਾਰ ਮਾਸਟਰ ਭੁਪਿੰਦਰ ਸਿੰਘ ਜੀ ਪਿੰਡਾਂ ਕੁੰਬੜਾਂ ਵਾਲੇ ਔਰ ਸਰਦਾਰ ਮੱਖਣ ਸਿੰਘ ਜੀ ਕਜੇੜੀ ਸਾਹਿਬ ਉਹਨਾਂ ਨੇ ਤਿਆਰ ਕਰਕੇ ਸਾਡੀ ਖੇਡ ਕਬੱਡੀ ਨੂੰ ਦਿੱਤਾ, ਜਿਹਦਾ ਨਾਂ ਸਦਾ ਹੀ ਗਰਾਊਂਡਾਂ ਵਿੱਚ ਗੂੰਜਦਾ ਔਰ ਗੂੰਜਦਾ ਰਹਿਣਾ। ਸੋ ਆਓ ਆਪਾਂ ਹੁਣ ਗੱਲਬਾਤ ਕਰਾਂਗੇ ਸਰਦਾਰ ਮਾਸਟਰ ਭੁਪਿੰਦਰ ਸਿੰਘ ਜੀ ਪਿੰਡਾਂ ਸਾਹਿਬ ਔਰ ਮਾਸਟਰ ਸਾਡੇ ਮੱਖਣ ਸਿੰਘ ਜੀ ਕਜੇੜੀ ਸਾਹਿਬ। ਹਾਂਜੀ ਦੋਸਤੋ, ਸਾਡੇ ਨਾਲ ਨੇ ਮਾਸਟਰ ਭੁਪਿੰਦਰ ਸਿੰਘ ਜੀ ਪਿੰਡਾਂ ਕੁੰਬੜਾਂ ਵਾਲੇ, ਜਿਨ੍ਹਾਂ ਨੇ ਜ਼ਿਲ੍ਹੇ ਮੋਹਾਲੀ ਨੂੰ ਕਬੱਡੀ ਦੀ ਬਹੁਤ ਵੱਡੀ ਦੇਣ ਦਿੱਤੀ ਆ। ਆਓ ਫਿਰ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਮਾਸਟਰ ਜੀਆਂ ਦੇ ਨਾਲ। ਮਾਸਟਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਬੱਡੀ ਦੀਆਂ ਗੱਲਾਂ ਚੈਨਲ ਸੰਧੂ ਬ੍ਰਦਰ ਸਾਡੇ ਵਿਚਕਾਰ ਪਹੁੰਚੇ ਨੇ। ਮੈਂ ਆਪਣੇ ਵੱਲੋਂ, ਮੱਖਣ ਕੋਚ ਸਾਹਿਬ ਵੱਲੋਂ, ਸਾਰੀ ਕਬੱਡੀ ਅਕੈਡਮੀ ਵੱਲੋਂ, ਆਲ ਪਲੇਅਰਸ ਸਾਡੇ ਪਿੰਡ ਮੌਲੀ ਨਗਰ ਵੱਲੋਂ ਤੁਹਾਡੇ ਇੱਥੇ ਪਹੁੰਚਣ 'ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ। ਥੈਂਕ ਯੂ ਸੋ ਮੱਚ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਅਤੇ ਸਭ ਤੋਂ ਪਹਿਲਾਂ ਸਰ ਇਹ ਦੱਸੋ ਕਿ ਤੁਹਾਨੂੰ ਤੁਹਾਡੇ ਮਨ 'ਚ ਕਿੱਦਾਂ ਆਇਆ ਵੀ ਸਾਡੇ ਇਸ ਇਲਾਕੇ ਨੂੰ ਆਪਾਂ ਕਬੱਡੀ ਦੇ ਪਲੇਅਰ ਤਿਆਰ ਕਰਕੇ ਦੇਈਏ? ਐਕਚੁਅਲੀ ਇਹ ਬਹੁਤ ਪੁਰਾਣੀ ਗੱਲ ਹੈ, ਸਾਨੂੰ 2000 ਦੀ ਗੱਲ ਹੈਗੀ ਆ। ਖੁਦ ਅਸੀਂ ਇੱਥੇ ਕਬੱਡੀ ਖੇਡਿਆ ਕਰਦੇ ਅਤੇ ਮੌਲੀ ਪਿੰਡ ਨਾਲ ਬਹੁਤ ਅੱਛਾ ਪ੍ਰੇਮ ਸੀਗਾ। ਸਾਡੇ ਪੁਰਾਣੇ ਮੌਲੀ ਦੇ ਜਿਹੜੇ ਪਲੇਅਰ ਸੀਗੇ ਉਹਨਾਂ 'ਚ ਅਸੀਂ ਵੀ ਪੈ ਕੇ ਖੇਡਦੇ ਹੁੰਦੇ, ਅਤੇ ਉਸ ਤੋਂ ਬਾਅਦ ਕੀ ਹੋਇਆ, ਇੱਕ ਸਮਾਂ ਐਸਾ ਆਇਆ ਵੀ ਸਾਡੇ ਇਲਾਕੇ 'ਚ ਕਬੱਡੀ ਖਤਮ ਹੋ ਗਈ ਅਤੇ ਸਾਡੇ ਇਲਾਕੇ ਦੇ ਵਿੱਚ ਇੱਕੋ ਇੱਕ ਟੀਮ ਦਸਾਰਨੇ ਦੀ ਰਹਿ ਗਈ। ਸੇਠੀ ਖੇਡਦਾ ਹੁੰਦਾ ਸੀ ਦਸਾਰਨੇ, ਅਤੇ ਬੜਾ ਦੁੱਖ ਲੱਗਦਾ ਸੀ। ਕਿੱਥੇ ਸਾਡੇ ਇੱਥੇ ਨੇੜੇ ਤੇੜੇ ਸਾਰੇ ਪਿੰਡਾਂ ਦੀਆਂ ਟੀਮਾਂ ਹੋਇਆ ਕਰਦੀਆਂ ਤੀਆਂ, ਜਿਵੇਂ ਮੌਲੀ ਹੈ, ਸੁਹਾਣਾ ਹੈ, ਕੁੰਬੜ ਹੈ, ਬੜੈਲ ਦੀ ਟੀਮ ਮੋਲੋ ਆ, ਡੱਡੂਆਂ, ਯਾਨੀ ਕਿ ਨੇੜੇ ਨੇੜੇ ਦੀ ਸਾਰੇ ਪਿੰਡਾਂ ਦੀ ਟੀਮਾਂ ਹੁੰਦੀਆਂ ਨੇ। ਲੇਕਿਨ ਉਹ ਦੌਰ ਐਸਾ ਆਇਆ ਕਿ ਸਾਡੇ ਇੱਕ ਸੇਠੀ ਟੀਮ ਰਹਿ ਗਈ ਦਸਾਰਨੇ। ਬੜਾ ਦੁੱਖ ਲੱਗਦਾ ਸੀਗਾ ਵੀ ਯਾਰ ਸਾਡੇ ਇਲਾਕੇ 'ਚੋਂ ਕਬੱਡੀ ਖਤਮ ਹੁੰਦੀ ਗਈ ਹੈ। ਸੋ ਉਸ ਸੋਚ ਨੇ ਫਿਰ ਸਾਡਾ ਇਹ ਵਿਚਾਰ ਲਿਆਂਦਾ ਮਨ ਦੇ ਵਿੱਚ ਵੀ ਆਪਾਂ ਵੀ ਕਬੱਡੀ ਅਕੈਡਮੀ ਬਣਾ ਕੇ ਬੱਚੇ ਜਿਹੜੇ ਸਾਡੇ ਬੱਚੇ ਖੇਡਦੇ ਸੀਗੇ, ਬੱਚਿਆਂ 'ਤੇ ਕੋਈ ਘਾਟ ਨਹੀਂ ਸੀ, ਬੱਚੇ ਖੇਡਦੇ ਸੀ, ਖੇਡਣ ਦਾ ਉਹਦਾ ਮਨ ਵੀ ਸੀਗਾ, ਲੇਕਿਨ ਉਹਨਾਂ ਨੂੰ ਗਾਈਡਲਾਈਨ ਦੀ ਲੋੜ ਸੀ। ਸੋ ਅਸੀਂ ਇਹਨਾਂ ਨੂੰ ਥੋੜ੍ਹਾ ਜਿਹਾ ਗਾਈਡ ਕੀਤਾ, ਸਾਡੇ ਗੱਬਰ ਨਾਲ ਹੀ ਮੁੰਡੇ ਸਾਰੇ, ਜਸੀ ਜੱਸੂ ਨਾਲ, ਜਸਵੀਰ ਨਾਲ ਜੀ, ਇਹਨਾਂ ਦਾ ਸੈੱਟ ਖੇਡਿਆ ਕਰਦਾ ਤਾ, ਅਤੇ ਫਿਰ ਅਸੀਂ ਇਹਨਾਂ ਨੂੰ ਥੋੜ੍ਹੀ ਜਿਹੀ ਰਾਏ ਦਿੱਤੀ, ਸਲਾਹ ਮਸ਼ਵਰਾ ਕੀਤਾ, ਫਿਰ ਅਸੀਂ ਕਬੱਡੀ ਅਕੈਡਮੀ ਜਿਹੜੀ ਇਹ ਬਣਾਈ ਹੈ। ਸਾਨੂੰ 2000 'ਚ ਅਸੀਂ ਕਬੱਡੀ ਖਿਡਾਉਣੀ ਸ਼ੁਰੂ ਕੀਤੀ ਅਤੇ ਰਜਿਸਟਰਡ ਅਕੈਡਮੀ ਜਿਹੜੀ ਅਸੀਂ ਹੈ ਕਬੱਡੀ ਅਕੈਡਮੀ ਮੌਲੀ ਵੈਦਵਾਨ, ਇਹ ਅਸੀਂ ਸੰਨ 2001 ਦੇ ਵਿੱਚ ਸ਼ੁਰੂ ਕੀਤੀ। ਸਰ ਜਦੋਂ ਤੁਸੀਂ ਦੱਸਿਆ ਕਿ ਟੀਮਾਂ ਸਾਡੇ ਇਲਾਕੇ ਦੀਆਂ ਸਾਰੀਆਂ ਬੰਦ ਹੋ ਗਈਆਂ, ਖੇਡਣਾ ਬੰਦ ਕਰਤਾ, ਕਬੱਡੀ ਬੰਦ ਹੋ ਗਈ, ਸਿਰਫ ਸੇਠੀ ਦੀ ਇੱਕ ਟੀਮ ਰਹਿ ਗਈ ਹੈ, ਇਹ ਕਿਹੜੇ ਸੰਨ ਦੀ ਗੱਲ ਹੈ ਜਦੋਂ ਬਿਲਕੁਲ ਕਬੱਡੀ ਇੱਥੋਂ ਬੰਦ ਹੋ ਗਈ? ਇਹ 98 ਤੋਂ ਬਾਅਦ ਬੰਦ ਹੋ ਗਈ, ਫਿਰ 2000 'ਚ ਅਸੀਂ ਇਹ ਸ਼ੁਰੂ ਕੀਤੀ ਗਈ ਆਪਣੀ। 98 ਦੇ ਵਿੱਚ ਬੰਦ ਹੋ ਗਈ, ਯਾਨੀ ਕਿ 2-3 ਸਾਲ ਇਸ ਇਲਾਕੇ 'ਚ ਕਬੱਡੀ ਦੀ ਟੀਮ ਨਹੀਂ ਰਹੀ ਕੋਈ। ਹਾਂਜੀ, ਬੱਚੇ ਖੇਡਦੇ ਸੀ ਲੇਕਿਨ ਚੜ੍ਹਾਈ 'ਤੇ ਨਹੀਂ ਜਾ ਰਹੇ ਸੀ। ਚੜ੍ਹਾਈ 'ਤੇ ਨਹੀਂ ਜਾ ਰਹੇ ਸੀ? ਚੜ੍ਹਾਈ 'ਤੇ ਨਹੀਂ ਜਾ ਰਹੇ ਸੀ ਬੱਚੇ। ਅਤੇ ਜਿਹੜੀ ਤੁਸੀਂ ਮੌਲੀ ਵੈਦਵਾਨ ਜੀ, ਇਹ ਖੇਡ ਕਲੱਬ ਦੀ ਸਥਾਪਨਾ ਕਿੰਝ ਕੀਤੀ? ਅਸੀਂ ਪਹਿਲਾਂ ਰਾਏ ਕੀਤੀ ਸਾਰੇ ਮੁੰਡਿਆਂ ਦੇ ਨਾਲ, ਸਾਡੇ ਆ ਸਾਰੇ ਆਲ ਪਲੇਅਰ ਸਟਾਰ ਪਲੇਅਰ ਬੈਠੇ ਨੇ ਮੌਲੀ ਦੀ ਜਿਹੜੀ ਪਹਿਲੀ ਟੀਮ ਸੀ ਸਾਡੀ, ਅਤੇ ਜਿਹਦੇ ਵਿੱਚ ਜਸਵੀਰ ਜੱਸੂ ਨਾਲ ਹੀ ਬੈਠੇ ਹਾਂ, ਕੁਲਦੀਪ ਕੁੰਬੜਾ ਮੌਲੀ ਤੋਂ, ਗੁਰਮੀਤ ਗੱਬਰ ਬੈਠਾ ਮੁੰਡਾ ਸਾਡਾ, ਕਾਕਾ ਬੈਠਾ ਹੈ, ਗੁਰਵਿੰਦਰ ਨਾਭਾ ਬਾਹਲੂ ਦਿਆਲਪੁਰੀਆ, ਮੇਜਰ ਸੁਹਾਣਾ ਹੈ, ਮੋਹਣਾ ਹੈ ਸਾਡਾ ਮਾਨਕ ਮਾਜਰੇ ਤੋਂ ਆਇਆ, ਛੋਟਾ ਆਸਟ੍ਰੇਲੀਆ ਬੈਠਾ ਹੁਣ, ਅਤੇ ਗੁਰਵਿੰਦਰ ਨਾਭਾ ਬੈਠਾ ਸਾਡਾ ਪਿੱਛੇ। ਇਹ ਸਾਰੇ ਮੁੰਡੇ ਥੋੜ੍ਹਾ ਖੇਡਦੇ ਤਾਂ ਹੁੰਦੇ ਸੀ, ਵੇਟ 'ਚ ਵਧੀਆ ਖੇਡ ਲੈਂਦੇ ਸੀਗੇ। ਸੋ ਫਿਰ ਅਸੀਂ ਇਹਨਾਂ ਦੀ ਇੱਕ ਟੀਮ ਬਣਾ ਕੇ ਥੋੜ੍ਹੀ ਖੇਤਾਂ 'ਚ ਪਰਲੇ ਪਾਸੇ ਅਸੀਂ ਤਿਆਰੀ ਕੀਤੀ, ਹੁਣ ਤਾਂ ਸਹੂਲਤ ਹੈ, ਉਦੋਂ ਸਹੂਲਤ ਵੀ ਨਹੀਂ ਸੀ, ਮਤਲਬ ਚਰੀਆਂ ਦੇ ਵੱਢ ਖਾਲੀ ਪਏ ਹੁੰਦੇ ਦੇ ਖੇਤ, ਉੱਥੇ ਅਸੀਂ ਸ਼ੁਰੂ ਕੀਤੀ। ਫਿਰ ਕਾਫੀ ਮੁੰਡਿਆਂ ਨੇ ਬਹੁਤ ਮਿਹਨਤ ਲਾਈ, ਇਹਨਾਂ ਨੇ ਸਾਲ ਡੇਢ ਸਾਲ ਮਿਹਨਤ ਕੀਤੀ ਅਤੇ ਫਿਰ ਛਾ ਗਏ ਮੁੰਡੇ। ਇੱਕ ਕੀ ਪਹਿਲਾਂ ਗਰਾਊਂਡ ਨਹੀਂ ਸੀਗਾ? ਨਾ ਬਿਲਕੁਲ ਵੀ ਨਹੀਂ, ਅਸੀਂ ਖੇਤਾਂ 'ਚ ਜਾ ਕੇ ਤਿਆਰੀ ਕਰਿਆ ਕਰਦੇ, ਸਾਡੇ ਕੋਲ ਇੱਕ ਬੈਲ ਵਾਲੀ ਰੇਹੜੀ ਹੋਇਆ ਕਰਦੀ ਸੀ, ਉਹਦੇ ਵਿੱਚ ਹਰਜੋਤ ਗੱਬਰ ਦੇ ਘਰ ਤੋਂ ਅਸੀਂ ਰੋਜ਼ ਘੱਟੋ ਘੱਟ 2.5-3 ਕੁਇੰਟਲ ਵਜ਼ਨ ਲੈ ਕੇ ਜਾਣਾ ਖੇਤ ਦੇ ਵਿੱਚ, ਜਿਵੇਂ ਸ਼ਡਿਊਲ ਸੀਗਾ, ਰੋਜ਼ ਤਾਂ ਨਹੀਂ, ਜਿੱਦਾਂ ਜੋ ਤੋਂ ਜਿੰਮ ਦੀ ਵਾਰੀ ਆਉਂਦੀ ਲੈ ਕੇ ਜਾਣਾ ਖੇਤਾਂ ਦੇ ਵਿੱਚ, ਉੱਥੇ ਮੁੰਡੇ ਦੁੱਧ ਲੈ ਕੇ ਆਉਂਦੇ ਸੀ ਅਤੇ ਉੱਥੇ ਸਾਡਾ ਹੋਰ ਖਾਦ ਖੁਰਾਕ ਉੱਥੇ ਚੱਲਦੀ ਸੀ। ਯਾਨੀ ਕਿ ਜਿਹੜੀ ਸ਼ੁਰੂਆਤੀ ਤੁਹਾਡਾ ਦੌਰ ਸੀਗਾ ਉਹ ਖੇਤਾਂ ਦੇ ਵਿੱਚ ਹੀ ਤੁਸੀਂ ਜਿਹੜਾ ਕਬੱਡੀ ਦੀ ਰਿਹਰਸਲ, ਕਬੱਡੀ ਦੀ ਪ੍ਰੈਕਟਿਸ, ਜਿਹੜਾ ਤੁਹਾਡਾ ਕੈਂਪ ਸੀ ਉਹ ਖੇਤਾਂ ਦੇ ਵਿੱਚ ਲਗਾਇਆ। ਫਿਰ ਤੁਹਾਨੂੰ ਗਰਾਊਂਡ ਕਦੋਂ ਮਿਲੀ? ਗਰਾਊਂਡ ਕਾਫੀ ਲੇਟ ਮਿਲਿਆ ਜੀ, ਗਰਾਊਂਡ
ਐਕਚੁਅਲੀ ਜਦੋਂ ਤੁਸੀਂ ਮਾੜੇ ਹੁੰਦੇ ਹੋ ਤੁਹਾਡੇ ਨਾਲ ਕੋਈ ਨਹੀਂ ਖੜਦਾ ਹੈ, ਅਤੇ ਜਦੋਂ ਤੁਸੀਂ ਸਟਾਰ ਬਣਦੇ ਹੋ ਫਿਰ ਸਾਰੇ ਬੈਨੀਫਿਸ਼ਰ ਹੋ ਜਾਂਦੇ ਆ। ਅਤੇ ਇਸ ਤਰ੍ਹਾਂ ਹੀ ਸਾਡੇ ਨਾਲ ਵੀ ਫਿਰ ਪਹਿਲਾਂ ਤਾਂ ਚਲੋ ਐਂ ਸੀ ਵੀ ਯਾਰ ਮੁੰਡੇ ਖੇਡਦੇ ਯਾਰ ਕੋਈ ਗੱਲ ਨਹੀਂ ਹੈ, ਸ਼ੁਰੂਆਤੀ ਮੈਚ ਅਸੀਂ ਹਾਰੇ ਵੀ ਹੈਗੇ ਆ, ਲੇਕਿਨ ਇੱਕ ਦੌਰ ਐਸਾ ਆਇਆ ਵੀ ਸਾਡੀ ਇਹ ਮੇਰੀ ਮੌਲੀ ਦੀ ਟੀਮ ਨੇ ਜਿਹੜੀ ਮੈਂ ਮੁੰਡਿਆਂ ਦੇ ਨਾਂ ਗਿਣੇ ਆ, ਇਹਨਾਂ ਨੇ ਲਗਾਤਾਰ, ਇਹ ਸ਼ਾਇਦ 2003 ਦੀ ਗੱਲ ਹੋਊਗੀ, 2 ਤੋਂ 3 ਹਜ਼ਾਰ 4 ਦੇ ਵਿਚਕਾਰ ਲਗਾਤਾਰ 127 ਮੈਚ ਸੀਗਾ ਜਿਹੜਾ ਉਹ ਇਹਨਾਂ ਨੇ ਲਗਾਤਾਰ ਜਿੱਤਿਆ ਸੀਗਾ ਪਿੰਡ ਪੱਧਰ ਦਾ। ਇਹਦੇ ਵੀ ਸਾਡਾ ਹਰਜੋਤ ਬਰੇਡਰ ਹੋਇਆ ਕਰਦਾ ਸੀ, ਹਰਜੋਤ ਦੇ ਨਾਲ ਬਾਹਲੂ ਹੁੰਦਾ ਸੀਗਾ, ਦੋ ਕੌਡੀਆਂ ਪਾਉਂਦੇ ਸੀਗੇ। ਮੇਜਰ ਸਾਡਾ ਹੁੰਦਾ ਜੀ ਸੁਹਾਣੇ ਤੋਂ, ਉਹ ਫਿਰ ਅਲੱਗ ਟੀਮ ਬਣਦੀ ਜੀ, ਕਾਕੇ ਉਹਨਾਂ ਦੀ ਸਾਡੀ ਦੋ ਟੀਮਾਂ ਬਣਾ ਲੈਂਦੇ ਸੀ ਗੱਬਰ ਨਾਲ ਬਬਲੂ ਜੀ ਮੇਜਰ ਦੀ, ਸਾਰੇ ਜਾਣੀ ਕਿ ਲਗਾਤਾਰ ਜੇਤੂ ਦੌਰ ਇਹਨਾਂ ਨੇ ਸ਼ੁਰੂ ਕਰਤਾ। ਹਾਂ, ਜੇਤੂ ਦੌਰ ਸ਼ੁਰੂ ਕੀਤਾ ਜੀ। ਅਤੇ ਸਾਰੇ ਜਦੋਂ ਤੁਸੀਂ ਇਸ ਕਲੱਬ ਦਾ ਨਾਂ ਬੈਦਵਾਨ ਸਪੋਰਟਸ ਕਲੱਬ ਮੌਲੀ ਬੈਦਵਾਨ ਰੱਖਿਆ, ਕੀ ਕਿਸੇ ਨੂੰ ਇਤਰਾਜ਼ ਹੋਇਆ ਜਾਂ ਨਹੀਂ? ਨਹੀਂ, ਇਤਰਾਜ਼ ਵਾਲੀ ਕੋਈ ਗੱਲ ਨਹੀਂ। ਐਕਚੁਅਲੀ ਬੈਦਵਾਨ, ਮੈਂ ਤੁਹਾਨੂੰ ਦੱਸਦਾ ਵੀ ਬੈਦਵਾਨ ਕੀ ਹੈ। ਇੱਥੇ ਸਾਡੇ ਬੈਦਵਾਨਾਂ ਦੇ 4 ਪਿੰਡ ਨੇ ਜੀ, ਮੌਲੀ ਬੈਦਵਾਨ ਹੈ, ਕੁੰਬੜਾ ਬੈਦਵਾਨ ਹੈ, ਮਟੌਰ ਬੈਦਵਾਨ ਹੈ, ਸੁਹਾਣਾ ਹੈ। ਸੋ ਅਸੀਂ ਉਹ 4 ਪਿੰਡਾਂ ਦੇ, ਸਾਡੇ ਕੋਲ ਜ਼ਿਆਦਾ ਮੁੰਡੇ ਸੀਗੇ, ਇਸ ਕਰਕੇ ਅਸੀਂ ਬੈਦਵਾਨ ਕਬੱਡੀ ਕਲੱਬ ਮੌਲੀ ਰੱਖ ਲਿਆ। ਜਾਣੀ 4 ਪਿੰਡ ਬੈਦਵਾਨਾਂ ਦੇ, ਇਸ ਰਾਜ ਵਾਲੀ ਇਹਦੇ 'ਚ ਕੋਈ ਗੱਲ ਨਹੀਂ, ਸਗੋਂ ਸਾਰਿਆਂ ਨੇ ਸਭ ਨੂੰ ਖੁਸ਼ੀ ਹੋਈ, ਜਾਣੀ ਕਹਿਣ ਤੋਂ ਭਾਵ ਕਿ ਇਸ ਇਲਾਕੇ ਦੇ ਪਲੇਅਰ ਚਾਈਂ ਚਾਈਂ ਉਸ ਕਲੱਬ ਦੇ ਵਿੱਚ ਦਾਖਲ ਹੋਏ ਅਤੇ ਮਿਹਨਤ ਕਰਨੀ ਸ਼ੁਰੂ ਕੀਤੀ ਤੁਹਾਡੀ ਕੋਚਿੰਗ ਹੇਠ। ਅਤੇ ਮੱਖਣ ਸਰ ਜੀ ਤੁਹਾਡੇ ਨਾਲ ਸੀ ਲਗਾਤਾਰ ਉਦੋਂ? ਮੱਖਣ, ਮੈਂ ਇਹ ਸਮਝਦਾ ਵੀ ਅੱਜ ਜੇ ਇੱਥੇ ਇੰਨੇ ਮੁੰਡੇ ਤਿਆਰ ਹੋਏ ਆ, ਜੇ ਮੱਖਣ ਨਾ ਹੁੰਦਾ ਮੈਨੂੰ ਨਹੀਂ ਲੱਗਦਾ ਵੀ ਕੋਈ ਇੰਨੇ ਪਲੇਅਰ ਤਿਆਰ ਹੋ ਸਕਦੇ ਸੀ, ਜਾਂ ਕਬੱਡੀ ਅਕੈਡਮੀ ਸਾਡੀ ਇੰਨੀ ਲੰਬੀ ਚੱਲ ਸਕਦੀ। ਕਿੰਨਾ ਸਮਾਂ ਦਿੰਦੇ ਰਹੇ ਤੁਸੀਂ ਇਹਨਾਂ ਪਲੇਅਰਾਂ ਨੂੰ ਉਸ ਟਾਈਮ? ਫਿਰ ਪਲੇਅਰ ਤਾਂ ਤੁਸੀਂ ਐਂ ਸਮਾਂ ਤਾਂ ਦੇਖ ਲਓ ਜੀ, ਅਸੀਂ ਪਲੇਅਰ ਵੀ ਇੱਥੇ ਖਾੜੇ 'ਚ, ਐਕਚੁਅਲੀ ਥੋੜ੍ਹਾ ਜਿਹਾ ਮੈਂ ਦੱਸ ਦਿੰਦਾ ਵੀ ਆਹ ਜਿੱਥੇ ਆਪਾਂ ਬੈਠੇ ਹਾਂ ਇੱਥੇ ਸਾਡੇ ਕੋਲ 2 ਕਮਰੇ ਆ ਹੁਣ, ਲੇਕਿਨ ਇੱਥੇ 6-7 ਕਮਰੇ ਹੋਇਆ ਕਰਦੇ ਸੀ। ਅੱਛਾ, ਜਿੰਨੇ ਪਲੇਅਰ ਸੀਗੇ? ਹਾਂ, ਉਹ ਸਾਰੇ ਮੁੰਡੇ ਇੱਥੇ ਰਹਿੰਦੇ ਸੀ ਅਤੇ ਪਲੇਅਰ ਹਜੇ ਸੁੱਤੇ ਪਏ ਹੁੰਦੇ ਸੀ, 4:30-5 ਅਸੀਂ ਪਹੁੰਚ ਜਾਂਦੇ ਤੇ ਸਵੇਰੇ, ਅਤੇ ਫਿਰ 7 ਵਜੇ ਤੱਕ ਇਹਨਾਂ ਨੂੰ 7:30 ਕੁ ਮਿਹਨਤ ਕਰਵਾ ਕੇ, ਫਿਰ ਮੈਂ ਵੀ ਜੋਬ ਜਾਣਾ ਤਾਂ ਮੱਖਣ ਵੀ ਜਾਣਾ ਹੁੰਦਾ ਸੀ, ਅਤੇ ਸ਼ਾਮ ਨੂੰ 4 ਵਜੇ ਫਿਰ ਇਹਨਾਂ ਨੂੰ ਆ ਕੇ ਇੱਥੇ 4 ਤੋਂ 7, ਯਾਨੀ ਕਿ ਜਿੰਨੀ ਕੁ ਦੇਰ 'ਚ ਜਿਹੜਾ ਸ਼ਡਿਊਲ ਸੀ ਉਹ ਦਿਨ ਦਾ ਉਹ ਪੂਰਾ ਹੋ ਗਿਆ, ਉਹਨੇ ਚਾਹੇ 2 ਘੰਟੇ ਲੱਗਣ 3 ਲੱਗਣ ਉਹ ਕਰਾ ਦਿੰਦੇ। ਯਾਨੀ ਕਿ ਤੁਸੀਂ ਆਪਣੀ ਲਾਈਫ ਦਾ ਜਿਹੜਾ ਜਿੰਨਾ ਕੁ ਵੱਧ ਤੋਂ ਵੱਧ ਸਮਾਂ ਤੁਸੀਂ ਇਹਨਾਂ ਪਲੇਅਰਾਂ ਨੂੰ ਦਿੱਤਾ ਕਿ ਸਾਡਾ ਇਲਾਕਾ, ਸਾਡੇ ਇਲਾਕੇ ਦੇ ਪਲੇਅਰ ਤਰੱਕੀ ਕਰਨ, ਸਾਡੇ ਕਬੱਡੀ ਦੇ ਵਿੱਚ ਸਾਡਾ ਵੀ ਨਾ ਹੋਵੇ ਜੀ? ਬਿਲਕੁਲ, ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਪਹਿਲਾਂ 1 ਟੀਮ ਰਹਿ ਗਈ ਸੀਗੀ, ਅਤੇ ਉਸ ਤੋਂ ਬਾਅਦ ਫਿਰ ਦੇਖਾ ਦੇਖੀ ਚਲੋ ਬਹੁਤ ਸਾਰੀਆਂ ਕਬੱਡੀਆਂ ਬਣ ਗਈਆਂ, ਹੁਣ ਟੀਮਾਂ ਹੋਰ ਬਹੁਤ ਬਹੁਤ ਸਟਾਰ ਮੁੰਡੇ ਚੱਲਦੇ ਖੇਡਦੇ ਆ ਆਪਣੇ ਇਲਾਕੇ 'ਚ, ਤੁਸੀਂ ਦੇਖਦੇ ਹੀ ਆ। ਲੇਕਿਨ ਮੈਨੂੰ ਇਹ ਲੱਗਦਾ ਵੀ ਇੰਨੀ ਕਬੱਡੀ ਫੈਲਣ ਦਾ ਮੋਹਾਲੀ ਜ਼ਿਲ੍ਹੇ 'ਚ, ਯਾਰ ਰੋਪੜ, ਜੋ ਰੋਪੜ ਹੋਇਆ ਕਰਦਾ ਸੀਗਾ ਜ਼ਿਲ੍ਹਾ, ਹੁਣ ਤਾਂ ਮੋਹਾਲੀ ਬਣ ਗਿਆ, ਵੀ ਇਹ ਟੀਮ ਦਾ ਬਹੁਤ ਵੱਡਾ ਯੋਗਦਾਨ, ਬਹੁਤ ਵੱਡਾ ਯੋਗ। ਹਾਂ, ਇਹ ਟੀਮ ਨੂੰ ਦੇਖ ਕੇ ਬਹੁਤ ਸਾਰੇ ਪਲੇਅਰ ਆ ਜਿਹੜੇ ਉੱਠੇ ਆ। ਕੀ ਸਰ, ਜਦੋਂ ਤੁਹਾਡੀ ਇਹ ਅਕੈਡਮੀ ਹੋਂਦ ਵਿੱਚ ਆ ਗਈ, ਸਥਾਪਨਾ ਹੋ ਗਈ, ਸੋਹਣਾ ਖੇਡਣ ਵੀ ਲੱਗ ਗਏ, ਪਲੇਅਰ ਜਿੱਤਣ ਵੀ ਲੱਗ ਗਏ, ਕਿਸੇ ਸਰਕਾਰੀ ਸੰਸਥਾ ਨੇ ਤੁਹਾਡੀ ਅਕੈਡਮੀ ਦਾ ਸਾਥ ਦਿੱਤਾ? ਨਾ ਜੀ, ਨਾ, ਸਰਕਾਰੀ ਸੰਸਥਾ ਕੋਈ ਆਉਂਦਾ ਵੀ ਨਹੀਂ ਪੁੱਛਣਾ, ਕੋਈ ਨਹੀਂ ਪੁੱਛਦਾ ਜੀ, ਨਾ ਨਾ, ਕੋਈ ਸ਼ੁਰੂ ਦੀ ਘਾਟ ਰਹੀ ਹੈ ਕਿ ਸਰਕਾਰਾਂ ਦਾ ਧਿਆਨ ਸਾਡੀ ਇਸ ਮਾਂ ਖੇਡ ਵੱਲ ਨਹੀਂ ਗਿਆ? ਨਹੀਂ ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ, ਕੋਈ ਸਾਡਾ NRI ਵੀਰਾਂ ਨੇ ਜਦੋਂ ਫੜੀਆ ਬਾਂਹ ਤਾਂ NRI ਵੀਰਾਂ ਨੇ ਫੜੀਆ? ਨਹੀਂ, NRI ਵੀਰਾਂ ਨੇ ਵੀ ਨਹੀਂ ਬਾਂਹ ਤਾਂ ਫੜੀ ਹੈ ਜੀ, ਦੇਖੋ ਸਾਡੇ ਮੌਲੀ ਪਿੰਡ ਨੇ। ਅੱਛਾ, ਪਿੰਡ ਨੇ ਜੀ, ਇਹ ਪਿੰਡ ਇੱਕ ਐਸਾ ਪਿੰਡ ਹੈਗਾ, ਮੈਂ ਕਹਿੰਦਾ ਵੀ ਮਨਮਟਾਵ ਹਰ ਪਿੰਡ 'ਚ ਮਾੜਾ ਮੋਟਾ ਹੁੰਦਾ ਹੈ ਕਿਤੇ ਨਾ ਕਿਤੇ, ਲੇਕਿਨ ਮੌਲੀ ਕਬੱਡੀ ਅਕੈਡਮੀ 'ਤੇ ਸਾਰਾ ਪਿੰਡ ਇੱਕ ਹੈ, ਹੁਣ ਤੁਸੀਂ ਇੱਕ ਆਵਾਜ਼ ਮਾਰ ਦਿਓ, ਕਿਸੇ ਘਰ ਫੋਨ ਕਰ ਦਿਓ ਵੀ ਆਹ ਚੀਜ਼ ਚਾਹੀਦੀ ਹੈ, ਹੁਣ ਇਹ ਬੋਰੀ ਲੈ ਕੇ ਆ ਜਾਓ, ਜੇ ਬਦਾਮਾਂ ਦੀ ਕਹਿਤਾ ਤਾਂ ਬੋਰੀ ਬਦਾਮਾਂ ਦੀ ਆ ਜਾਓ, ਆਟੇ ਦੀ ਆ ਗਈ ਆਟਾ ਜੀ, ਮਤਲਬ ਇਹ ਅਸੀਂ ਵਰਤਿਆ ਹੰਢਾਇਆ, ਇਹ ਮੈਂ ਵੈਸੇ ਗੱਲਾਂ ਨਹੀਂ ਕਰ ਰਿਹਾ, ਅਸੀਂ ਹੰਢਾਇਆ, ਜਿਹਨੂੰ ਵੀ ਬੇਨਤੀ ਕਰਤੀ ਵੀ ਬਾਈ ਇੰਨੇ ਮੁੰਡੇ, ਇੰਨਾ ਕੈਂਪ ਚੱਲਦਾ, ਬਦਾਮਾਂ ਦੀ ਬੋਰੀ ਭੇਜੋ ਸਾਡੇ ਕੋਲ, ਮੁੱਕ ਗਏ, ਅਸੀਂ ਕਹਿਣ ਦੀ ਗੱਲ ਸੀ, ਜਦੇ ਘੰਟੇ ਦੇ ਵਿੱਚ ਵੀ ਸਾਡੇ ਕੋਲ ਬਦਾਮਾਂ ਦੀ ਬੋਰੀ ਪਹੁੰਚ ਜਾਂਦੇ ਸੀ, ਜੇ ਆਟੇ ਦੀ ਲੋੜ ਸੀਗੀ, ਯਾਨੀ ਕਿ 8-10 ਕੁਇੰਟਲ ਆਟਾ ਵੀ ਲੱਗ ਜਾਂਦਾ ਸੀ ਇੱਕ ਕੈਂਪ 'ਚ, 15-20 ਪੀਪੇ ਘਿਓ ਦੇ ਵੀ ਇੱਕ ਕੈਂਪ 'ਚ ਲੱਗ ਜਾਂਦੇ ਸੀ। 2000 ਤੋਂ ਲੈ ਕੇ ਅੱਜ ਤੱਕ ਮੌਲੀ ਬੈਦਵਾਨ ਨਗਰ ਅੱਜ ਵੀ ਡਟਿਆ ਹੋਇਆ ਉਸੇ ਤਰ੍ਹਾਂ ਹੈ? ਉਸੇ ਤਰ੍ਹਾਂ ਡਟਿਆ ਹੋਇਆ, ਇਹ ਮੈਂ ਮੌਲੀ ਇਕੱਲੇ ਪਿੰਡ ਦੀ ਗੱਲ ਕਰ ਰਿਹਾ, ਲੇਕਿਨ ਇਸ ਤੋਂ ਪਿੰਡ ਦੀ ਬਾਈ ਕਰਮਜੀਤ ਨਾਲ ਹੀ ਬੈਠੇ ਆ, ਅਮਰੋਜ ਸਿੰਘ ਬਾਹਰ ਹੈਗਾ, ਹੋਰ ਵੀ ਇੱਥੇ ਇਲਾਕੇ ਵਾਲੇ ਕੁਛ ਬੰਦੇ ਜਿਹੜੇ ਸਾਡੀ ਹੈਲਪ ਕਰਕੇ ਜਾਂਦੇ ਕਰਦੇ ਜੀ। ਹਾਂ, ਹੁਣ ਕਿੰਨੇ ਪਲੇਅਰ ਤੁਹਾਡੇ ਕੋਲ ਆ? ਪਲੇਅਰ ਤਾਂ ਇਹ ਲੋਕਡਾਊਨ ਕਰਕੇ ਇੰਨੇ ਨਹੀਂ ਇੱਥੇ, ਤਾਂ ਫਿਰ ਖੜ੍ਹਨ ਨੂੰ ਜਗ੍ਹਾ ਨਹੀਂ ਮਿਲਦੀ ਸਾਡੇ ਕੋਲ। ਅੱਛਾ, ਮਤਲਬ 70-80 ਪਲੇਅਰ ਤਾਂ ਅੰਦਰ ਹੀ ਹੋ ਜਾਂਦੇ ਆ, ਬਾਕੀ ਬਾਹਰ ਹੋ ਜਾਂਦੇ ਆ ਜੀ। ਕਬੱਡੀ ਦੇ ਨਾਲ ਨਾਲ ਹੋਰ ਖੇਡਾਂ ਦੇ ਪਲੇਅਰ ਵੀ ਤੁਹਾਡੇ ਕੋਲ ਆਉਂਦੇ ਆ? ਐਕਚੁਅਲੀ ਮੈਂ ਸਕੂਲ 'ਚ ਜੋਬ ਕਰਦਾ ਹਾਂ, ਸਪੋਰਟਸ ਟੀਚਰ ਹਾਂ, ਉੱਥੇ ਮੇਰੇ ਕੋਲ ਜਿਹੜੇ ਖੋ ਖੋ ਦੇ ਮਤਲਬ ਪਲੇਅਰ ਹੈਗੇ ਆ, ਉਹ ਵੀ ਸਾਡਾ ਮੇਰੇ ਕੋਲ 150 ਤੋਂ ਉੱਪਰ ਪਲੇਅਰ ਆ, ਉਹ ਨੈਸ਼ਨਲ ਲੈਵਲ ਦਾ ਪਲੇਅਰ ਆ ਖੋ ਖੋ ਦਾ ਜੀ। ਹਾਂਜੀ, ਐਥਲੈਟਿਕ ਅਤੇ ਐਥਲੈਟਿਕਸ ਅਤੇ ਖੋ ਖੋ। ਹਾਂਜੀ, ਜਿਵੇਂ ਅੱਜ ਕੱਲ੍ਹ ਕਬੱਡੀ ਦੇ
ਉਦਾਂ ਵੀ ਆਪਣੇ ਕੋਲ ਉਦਾਂ ਬੱਚਿਆਂ ਦਾ ਟ੍ਰੇਨਿੰਗ ਲੈਣ ਦੇ ਲਈ ਉੱਥੇ ਸਕੂਲ ਚ ਆਉਂਦੇ ਆ ਸਕੂਲ ਚ ਆਉਂਦੇ ਇੱਥੇ ਨਹੀਂ ਕਾਫੀ ਲੜਕੀਆਂ ਆਉਂਦੀਆਂ ਉੱਥੇ ਲੜਕੇ ਵੀ ਆਉਂਦੇ ਆ 2000 ਤੋਂ ਲੈ ਕੇ ਅੱਜ ਤੱਕ ਸਰ ਜੀ ਕਿੰਨੇ ਪਲੇਅਰ ਤੁਸੀਂ ਇੰਟਰਨੈਸ਼ਨਲ ਪੱਧਰ 'ਤੇ ਖੜਾ ਆ 35 ਤਾਂ ਮੇਰੇ ਇੰਟਰਨੈਸ਼ਨਲ ਮੁੰਡੇ ਪਲੇਅਰ ਨੇ ਜੀ ਜਿਹੜੇ ਇੰਟਰਨੈਸ਼ਨਲ ਖੇਡੇ ਆ 35 ਪਲੇਅਰ ਇੰਟਰਨੈਸ਼ਨਲ ਪਲੇਅਰ ਇੰਟਰਨੈਸ਼ਨਲ ਨੇ ਸਾਡੀ ਇਸ ਅਕੈਡਮੀ ਦੇ ਉਹਨਾਂ 'ਚੋਂ ਮੇਨ ਮੇਨ ਉਹ ਪਲੇਅਰਾਂ ਦੇ ਨਾਂ ਜ਼ਰੂਰ ਦੱਸੋ ਮੈਂ ਤੁਹਾਨੂੰ ਦੱਸ ਦਿੰਦਾ ਜੀ ਸਾਰਾ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦਿੰਦਾ ਵੀ ਸਾਡੇ 6 ਪਲੇਅਰ ਵਰਲਡ ਕੱਪ 'ਚ ਵੀ ਖੇਡੇ ਆ ਉਹ ਅਲੱਗ ਅਲੱਗ ਦੇਸ਼ਾਂ ਤੋਂ ਖੇਡੇ ਆ ਕੁਲਦੀਪ ਕੁੰਬੜਾ ਬੈਠਾ ਸਾਡਾ ਇਹ ਆਸਟ੍ਰੇਲੀਆ ਕੋਲੋਂ ਖੇਡਿਆ ਪੂਰਾ ਵਿਕਟਾਂ ਉੱਪਰ ਪਿੱਛੇ ਬੈਠਾ ਇਹ ਵੀ ਸਾਡਾ ਆਸਟ੍ਰੇਲੀਆ ਤੋਂ ਖੇਡਿਆ ਪੂਰਾ ਕਢੂਏ ਤਾਂ ਉਹ ਵੀ ਇੱਥੇ ਆ ਕੇ ਇੱਥੇ ਹਰਜੋਤ ਉਹਨਾਂ ਨਾਲ ਮਿਹਨਤ ਲਾ ਕੇ ਜਾਂਦਾ ਉਹ ਵੀ ਸਾਡਾ ਮੁੰਡਾ ਆ ਜਾਂਦਾ ਉਹ ਵੀ ਖੇਡਿਆ ਮੌਲਾ ਧਾਲੀਵਾਲ ਹੈ ਸਾਡਾ USA ਬੈਠਾ ਉਹ ਅਮੈਰੀਕਾ ਤੋਂ ਖੇਡਿਆ ਗਗਨ ਆਸਟ੍ਰੇਲੀਆ 'ਚ ਬੈਠਾ ਉਹ ਵੀ ਇੱਥੇ ਖੇਡ ਕੇ ਗਿਆ ਸੁੱਖੀ ਉਹ ਵੀ ਸਾਡੇ ਕੋਲ ਤਿਆਰੀ ਕਰਕੇ ਗਿਆ ਉਹ ਵੀ ਆਸਟ੍ਰੇਲੀਆ ਤੋਂ ਹੈ ਮੇਜਰ ਸੁਹਾਣਾ ਹੈ ਉਹ ਇਟਲੀ ਵੱਲੋਂ ਖੇਡਿਆ ਸਾਡਾ ਮਤਲਬ ਇੰਨੀ ਕਿ 6-7 ਪਲੇਅਰ ਸਾਡੇ ਵਰਲਡ ਕੱਪਾਂ ਦੇ ਵਿੱਚ ਵੀ ਖੇਡੇ ਆ ਰਹੀ ਗੱਲ ਸਟਾਰ ਪਲੇਅਰ ਜਿਹੜੇ ਸਾਡੇ ਹੈਗੇ ਆ ਹਰਜੋਤ ਗੱਬਰ ਨੂੰ ਕੋਈ ਭੁੱਲਿਆ ਨਹੀਂ ਉਸ ਤੋਂ ਬਾਅਦ ਗੁਰਮੀਤ ਜੱਸੂ ਨਹੀਂ ਹੈ ਛੋਟਾ ਸਾਡਾ ਆਸਟ੍ਰੇਲੀਆ 'ਚ ਬੈਠਾ ਹੈ ਲਾਡੀ ਸਾਡਾ ਆਸਟ੍ਰੇਲੀਆ 'ਚ ਬੈਠਾ ਹੈ ਮੇਜਰ ਸੁਹਾਣਾ ਹੋ ਗਿਆ ਕੁਲਦੀਪ ਹੋ ਗਿਆ ਪੰਮਾ ਸੁਹਾਣਾ ਹੋ ਗਿਆ ਹੈਪੀ ਸੈਂਪਲੀ ਹੈ ਤੋਤਾ ਬੀਬੀ ਪਰੀ ਹੈ ਮਨਿੰਦਰ ਕਿਸ਼ਨ ਪਰੀ ਹੈ ਗੁਰਦੀਪ ਬੈਠਾ ਸਾਡੇ ਕੋਲ ਸਾਰੇ ਨਵੇਂ ਪਲੇਅਰ ਨੇ ਇਹ ਗੁਰਵਿੰਦਰ ਨਾਭਾ ਹੋ ਗਿਆ ਸਾਡਾ ਬਾਬਲੂ ਦਿਆਲ ਪਰੇ ਤੋਂ ਹੋ ਗਿਆ ਲਾਲਾ ਸੈਦ ਪਰੀਆ ਕਨੇਡਾ 'ਚ ਬੈਠਾ ਹੈ ਉਹ ਵੀ ਸਾਡੇ ਕੋਲ ਤਿਆਰ ਹੈ ਵਜਨੀ ਕਬੱਡੀ ਖੇਡਦਾ ਆਇਆ ਸੀਗਾ ਸਾਡੇ ਕੋਲ ਉਹਦਾ ਵਜਨ ਵੀ 57 ਕਿਲੋ ਸੀਗਾ ਉਹਦਾ ਵੀ ਵਜਨ ਨਹੀਂ ਵੱਧਦਾ ਹੁੰਦਾ ਅਤੇ ਉਹ ਵੀ ਸਾਡੇ ਕੋਲ ਸਟਾਰ ਹੋਇਆ ਗੁਰਪ੍ਰੀਤ ਸਾਡਾ ਬਾਹਰ ਖੇਡ ਕੇ ਆਇਆ ਪਹਿਲਵਾਨ ਬੈਠੇ ਮਨੌਲੀ ਵਾਲਾ ਮੁੰਡਾ ਦਵਿੰਦਰ ਇਹ ਵੀ ਹੈਪੀ ਪ੍ਰਗਟ ਅਤੇ ਪੱਤੋਂ ਤੋਂ ਮਨਪ੍ਰੀਤ ਇਹ ਸਾਰੇ ਜਿੰਨੇ ਮੁੰਡੇ ਨੇ ਸਾਡੇ ਮਤਲਬ 35 ਪਲੇਅਰ ਨੇ ਸਾਰੇ ਇੰਟਰਨੈਸ਼ਨਲ ਲਾਡੀ ਸੁਹਾਣਾ ਹੋ ਗਿਆ ਗੋਲੂ ਹੋ ਗਿਆ ਸਾਡਾ ਆਮਨਾ ਪਲੇਅਰ ਸੋਹਣ ਹੋ ਗਿਆ ਇਹ ਸਾਰੇ ਮੁੰਡੇ ਇੱਥੇ ਤਿਆਰ ਵੀ ਹੈ ਅਤੇ ਬਾਹਰ ਵੀ ਖੇਡ ਗਏ ਵੱਡੀ ਗਿਣਤੀ ਵਿੱਚ ਪਲੇਅਰ ਜਾਣੀ ਤੁਹਾਡੀ ਇਸ ਅਕੈਡਮੀ 'ਚੋਂ ਤਿਆਰ ਹੋ ਕੇ ਪ੍ਰੈਕਟਿਸ ਕਰਕੇ ਮਿਹਨਤ ਕਰਕੇ ਲਾਡੀ ਸੈਂਪਲੀ ਹਾਂਜੀ ਲਾਡੀ ਸੈਂਪਲੀ ਹੋ ਗਿਆ ਵੀ ਸਾਡਾ ਇੱਥੇ ਮੁੰਡਾ ਇੰਟਰਨੈਸ਼ਨਲ ਪੱਧਰ ਤੱਕ ਖੇਡੇ ਜੀ ਅਤੇ ਸਰ ਅੱਜ ਕੱਲ੍ਹ ਇੱਕ ਗੱਲ ਇਹ ਦੱਸੋ ਸਾਨੂੰ ਕਿ ਪਲੇਅਰਾਂ ਦਾ ਵਜ਼ਨ ਹੈ ਜਿਹੜਾ ਪਹਿਲਾਂ ਜਿਹੜੇ ਪਲੇਅਰ ਸੀ ਉਹ ਬਹੁਤ ਜ਼ਿਆਦਾ ਭਾਰੀ ਹੁੰਦੇ ਸੀ ਵਜ਼ਨ ਦੇ ਨਾਲ ਖੇਡਦੇ ਸੀ ਅੱਜ ਕੱਲ੍ਹ ਤੁਸੀਂ ਵਜ਼ਨ ਬਾਰੇ ਕੀ ਕਹਿਣਾ ਚਾਹੁੰਦੇ ਹੋ ਵੀ ਵਜ਼ਨ ਘੱਟ ਰਹਿਣਾ ਚਾਹੀਦਾ ਜਾਂ ਵਜ਼ਨ ਵੱਧ ਹੋਣਾ ਚਾਹੀਦਾ ਜਾਂ ਵਜ਼ਨ ਕਿੰਨਾ ਮੇਨਟੇਨ ਕਰਨਾ ਚਾਹੀਦਾ ਕਿੰਨਾ ਕੁ ਹੋਣਾ ਚਾਹੀਦਾ ਦੇਖੋ ਪਹਿਲੀ ਗੱਲ ਤਾਂ ਇਹ ਹੈ ਵੀ ਅੱਜ ਇਹ ਸਮਾਂ ਵਜ਼ਨ ਮੈਂ ਨਹੀਂ ਰੱਖਦਾ ਵਜ਼ਨ ਤੁਹਾਡਾ 1 ਕੁਇੰਟਲ 40 ਕਿਲੋ ਹੋਵੇ ਤੁਹਾਡਾ ਵਜ਼ਨ 70 ਕਿਲੋ ਵੀ ਹੈ ਇਹ ਮੈਂ ਨਹੀਂ ਰੱਖਦਾ ਜ਼ਿਆਦਾ ਮੈਂ ਫਿਰ ਵੀ ਕਹਿੰਦਾ ਚਲੋ ਵਜ਼ਨ ਬੰਦੇ ਦਾ ਹੋਣਾ ਚਾਹੀਦਾ ਫਿਟਨੈਸ ਹੋਣੀ ਚਾਹੀਦੀ ਫਿਟਨੈਸ 'ਚ ਵਜ਼ਨ ਹੋਣਾ ਚਾਹੀਦਾ ਅਤੇ ਵਜ਼ਨ ਦੀ ਗੱਲ ਹੈ ਅੱਜ ਕੱਲ੍ਹ ਮੁੰਡਿਆਂ 'ਚ ਬੜਾ ਰਿਵਾਜ਼ ਚੱਲਦਾ ਵੀ ਜੀ ਪਾਊਡਰ ਲਿਆਓ ਫਲਾਨਾ ਪਾਊਡਰ ਖਾਓ ਉਹਦੇ ਨਾਲ ਵਜ਼ਨ ਅੱਪ ਹੋਊਗਾ ਇੱਦਾਂ ਹੋਊਗਾ ਇਹ ਬਿਲਕੁਲ ਗਲਤ ਗੱਲ ਹੈ ਸਾਡਾ ਪੰਮਾ ਬੈਠਾ ਮੇਰੇ ਕੋਲ ਆਇਆ ਸੀ ਮੁੰਡੇ ਦਾ ਵਜ਼ਨ ਜ਼ਿਆਦਾ ਖੇਡਦਾ ਸੀ ਵਜ਼ਨ ਹੀ ਖੇਡਦਾ ਹੁੰਦਾ ਤਾ ਸੁਹਾਣੇ ਮੁੰਡਾ ਇਹਦਾ ਵਜ਼ਨ ਮੇਰੇ ਖਿਆਲ 52 ਕਿਲੋ ਹੋਣਾ ਪੰਮੇ ਦਾ ਪੰਮੇ ਇੰਨਾ ਹੀ ਹੋਣਾ ਲੱਗਦਾ ਅਤੇ ਅਸੀਂ ਇਹਨੂੰ 1.5 ਕੈਂਪ 'ਚ ਬਿਠਾਇਆ ਅਤੇ ਇਹਦਾ ਵਜ਼ਨ 80-85 ਅਸੀਂ ਕਰਤਾ ਸੀਗਾ ਦੇਸੀ ਖੁਰਾਕ ਦੇ ਨਾਲ ਜਸਵੀਰ ਜੱਸੂ ਬੈਠਾ ਮੇਰਾ ਮੁੰਡਾ ਇਹ ਵੀ ਵਜ਼ਨ ਦੀ ਕਬੱਡੀ ਖੇਡਦਾ ਤਾ 57 ਵਾਟ ਖੇਡਿਆ ਕਰਦਾ ਤਾ ਇਹ ਵੀ ਕਹਿੰਦਾ ਮਾਸਟਰ ਜੀ ਮੇਰਾ ਵਜ਼ਨ ਨਹੀਂ ਵੱਧਦਾ ਹੈ ਜੱਸੂ ਦੇ ਵੀ ਉਹੀ ਫਾਰਮੂਲਾ ਲਾਇਆ ਗੁਰਮੀਤ ਨਾਲ ਹੀ ਬੈਠੇ ਹੈ ਕਾਕਾ ਪਿੱਛੇ ਬੈਠਾ ਗੁਰਵਿੰਦਰ ਨਾਭਾ ਮੋਹਣਾ ਇਹ ਸਾਰੇ ਮੁੰਡੇ ਬੈਠੇ ਆ ਅਸੀਂ ਇਹਨਾਂ ਦਾ ਦੇਸੀ ਖੁਰਾਕਾਂ ਦੇ ਨਾਲ ਸਾਰੇ ਵਜ਼ਨ ਵਧਾਇਆ ਕਿਉਂ ਕਹਿੰਦਾ ਵੀ ਨਹੀਂ ਵੱਧਦਾ ਇਹ ਮੁੰਡਿਆਂ 'ਚ ਗਲਤ ਮੈਸੇਜ ਹੈਗਾ ਮੁੰਡੇ ਮਿਹਨਤ ਘੱਟ ਕਰਦੇ ਆ ਅੱਜ ਕੱਲ੍ਹ ਅਤੇ ਇਹੋ ਜਿਹਾ ਪਾਊਡਰ ਵਗੈਰਾ ਖਾ ਕੇ ਫਿਰ ਉਹ ਕਰਦੇ ਉਹ ਜੋ ਵਜ਼ਨ ਹੈ 6 ਮਹੀਨੇ ਉਹ ਰਹਿੰਦਾ ਜਦੋਂ ਤੁਸੀਂ ਉਹ ਪਾਊਡਰ ਖਾਣਾ ਬੰਦ ਕਰ ਦੂੰਗੇ ਉਹ ਡਾਊਨ ਹੋ ਜਾਂਦਾ ਬਿਲਕੁਲ ਸਹੀ ਗੱਲ ਹੈ ਜੀ ਪਾਊਡਰ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਜੇ ਆਪਣੇ ਸਰੀਰ ਨੂੰ ਤਕੜਾ ਕਰਨਾ ਜੇ ਤੁਸੀਂ ਚਾਹੁੰਦੇ ਕਿ ਸਾਡਾ ਵੇਟ ਵਧੇ ਵੇਟ ਅੱਪ ਹੋਵੇ ਤਾਂ ਉਹਦੇ ਲਈ ਵੀ ਆਪਾਂ ਜਿਹੜੀ ਡਾਈਟ ਆ ਉਹ ਦੇਸੀ ਘਰ ਦੀ ਖੁਰਾਕ ਲਈਏ ਬਿਲਕੁਲ ਜੀ ਉਹੀ ਕਹਿਣਾ ਤੁਹਾਡਾ ਹਾਂਜੀ ਹਾਂ ਦੇਸੀ ਖੁਰਾਕ ਆਓ ਬਾਹਰਲੇ ਪ੍ਰੋਡਕਟਾਂ ਤੋਂ ਬਚੇ ਬਾਹਰਲੇ ਪ੍ਰੋਡਕਟਾਂ ਤੋਂ ਬਚੋ ਜੇ ਕੋਈ ਚੰਗਾ ਹੈ ਅੱਜ ਕੱਲ੍ਹ ਮੁੰਡੇ ਲੈਂਦੇ ਆ ਟ੍ਰੈਂਡ ਬਣ ਗਿਆ ਜੀ ਅੱਜ ਕੱਲ੍ਹ ਅਤੇ ਜੇ ਕੋਈ ਚੰਗਾ ਬਹੁਤ ਸਾਰਾ ਜਿਵੇਂ ਅੱਜ ਕੱਲ੍ਹ ਦਾ ਜਿਹੜੇ ਛੋਟੇ ਦੁਕਾਨਾਂ ਵਾਲੇ ਬੈਠੇ ਆ ਮੈਨੂੰ ਇਹ ਵੀ ਪਤਾ ਲੱਗਦਾ ਵੀ ਸਟੀਰਾਲ ਦੀਆਂ ਗੋਲੀਆਂ ਪਾ ਕੇ ਦੇਈ ਜਾਂਦੇ ਵਿੱਚ ਜੇ ਕੋਈ ਚੰਗਾ ਮੁੰਡੇ ਲੈਂਦੇ ਵੀ ਹੈ ਚੰਗੇ ਵੀ ਲੈਂਦੇ ਆ ਇਹੋ ਜਿਹੀ ਗੱਲ ਨਹੀਂ ਮੈਂ ਕਹਿੰਦਾ ਵੀ ਸਾਰੇ ਮੁੰਡੇ ਮਾੜਾ ਹੀ ਲੈ ਰਹੇ ਹਾਂ ਪਰ ਮੇਰੀ ਰਾਏ ਇਹ ਹੈ ਵੀ ਇਹਨਾਂ ਤੋਂ ਬਚੋ ਦੇਸੀ ਖੁਰਾਕਾਂ ਖਾਓ ਬਾਡੀ ਟੁੱਟਦੀ ਉਹ ਨਹੀਂ ਸਾਰੀ ਉਮਰ ਨਹੀਂ ਬਾਡੀ ਦੇਸੀ ਖੁਰਾਕ ਲਾਓ ਅਤੇ ਬਾਡੀ ਨੂੰ ਬਿਲਕੁਲ ਫਿੱਟ ਰੱਖੋ ਦੁੱਧ ਘਿਓ ਹੈ ਜੀ ਬਦਾਮ ਹੈ ਤੁਹਾਡੇ ਕੋਲ ਇਹ ਖਾਓ ਰੱਜ ਕੇ ਕਿਉਂ ਨਹੀਂ ਮੁੰਡੇ ਨੇ ਸਾਡੇ ਕੋਲ ਇੱਥੇ ਬੈਠ ਕੇ ਆ ਕੈਂਪ ਦੇ ਵਿੱਚ ਮੇਰੇ ਖਿਆਲ 20-20 ਪੀਪੇ ਵੀ ਅਸੀਂ ਘੀ ਦੇ ਮੁੰਡਿਆਂ ਨੂੰ ਖਵਾ ਦੇ ਔਰ ਗਰਮੀ 'ਚ ਇਹ ਵੀ ਸਾਡਾ ਤਜਰਬਾ ਹੈ ਅੱਜ ਤੁਸੀਂ ਸਾਰੇ ਮੇਰੀਆਂ ਗੱਲਾਂ ਸੁਣਨ ਵਾਲੇ ਹੈਰਾਨ ਹੋਵੋਗੇ ਵੀ ਇਹ ਕੋਚ ਕੀ ਕਹਿ ਰਿਹਾ ਵੀ ਗਰਮੀ ਦੇ ਵਿੱਚ ਘਿਓ ਪਿਲਾ ਦਿਓ ਮੁੰਡੇ ਨੂੰ ਅਸੀਂ ਪਿਲਾਉਂਦੇ ਹਾਂ ਅਸੀਂ ਪਿਲਾਉਂਦੇ ਹਾਂ ਜੀ ਸਾਡਾ ਇਹ ਬਿਲਕੁਲ ਤਜਰਬਾ ਹੈ ਮੁੰਡਾ ਖਰਾਬ ਨਹੀਂ ਹੋ ਸਕਦਾ ਇੱਕ ਹੋਰ ਵੀ ਹਾਂ ਖਿਲਾਉਣ ਦਾ ਢੰਗ ਤਰੀਕਾ ਚਾਹੀਦਾ ਬਸ
ਖਿਲਾਉਣ ਦਾ ਢੰਗ ਤਰੀਕਾ ਉਹ ਤਰੀਕਾ ਕੌਣ ਦੱਸ ਸਕਦਾ ਉਹ ਚੰਗਾ ਉਸਤਾਦ ਚੰਗੇ ਕੋਚ ਸਾਹਿਬ ਬਹੁਤ ਵੱਡੀ ਸੇਧ ਆ ਸਰ ਤੁਹਾਡੀ ਬਿਲਕੁਲ ਸੱਚੀ ਡਾਇਟ ਬਾਰੇ ਕਿਹਾ ਤੁਸੀਂ ਇੱਕ ਬਹੁਤ ਸੋਹਣਾ ਮੈਸੇਜ ਇਹਨਾਂ ਪਲੇਅਰਾਂ ਵਾਸਤੇ ਵੀ ਹੈ ਔਰ ਜਿਹੜੇ ਪਲੇਅਰ ਦੇਖ ਰਹੇ ਆ ਔਰ ਜੋ ਕਬੱਡੀ ਨਾਲ ਜੁੜੇ ਹੋਏ ਸਾਡੇ ਚੈਨਲ ਨੂੰ ਦੇਖ ਰਹੇ ਆ ਸਾਰੇ ਜ਼ਰੂਰ ਇਸ ਚੀਜ਼ ਨੂੰ ਫੋਲੋ ਕਰਨਗੇ ਕਿ ਜਿਹੜੀ ਖੁਰਾਕ ਹੈ ਉਹ ਦੇਸੀ ਖੁਰਾਕ ਲਓ ਆਪਣੇ ਘਰ ਦੀ ਅਤੇ ਕਿੰਨੀ ਕੁ ਲੈਣੀ ਆ ਉਸ ਹਿਸਾਬ ਨਾਲ ਆਪਣੇ ਉਸਤਾਦ ਨੂੰ ਪੁੱਛ ਕੇ ਲਓ ਅਤੇ ਇਹਨਾਂ ਬਾਰੇ ਕੋ ਸਾਹਮਣੇ ਦੱਸਿਆ ਬਹੁਤ ਬਹੁਤ ਧੰਨਵਾਦ ਗਰਮੀਆਂ 'ਚ ਵੀ ਘਿਓ ਖਿਲਾਉਂਦੇ ਰਹੇ ਨਾ ਗੱਲ ਇੱਕ ਹੋਰ ਵੀ ਹੈ ਜਿੰਨੇ ਵੀ ਸਾਡੇ ਕਡਮੀ ਦੇ ਪਲੇਅਰ ਆਏ ਸਾਰੀ ਪਨੀਰੀ ਅਸੀਂ ਆਪ ਉਰੇ ਤੱਕ ਕਰਕੇ ਕਢਾਈਏ ਐਂ ਲੋਕਾਂ ਵਾਂਗ ਮੁੰਡਾ ਖੇਡਦਾ ਕਿਸੇ ਦਾ 50,000 ਰੁਪਏ ਦੇ ਦਿੱਤਾ ਕਿਸੇ ਬੋਲਡਰ ਦੇ ਦਿੱਤਾ ਕਿਸੇ ਨੂੰ ਵੀ ਆ ਜਾ ਸਾਡੀ ਟੀਮ 'ਚ ਵੀ ਉਰੇ ਖੇਡ ਲੈ ਜਿੰਨੀ ਵੀ ਸਾਡੀ ਟੀਮ ਖੇਡੀਏ ਸਾਰੀ ਪਨੀਰੀ ਅਸੀਂ ਆਪਣਾ ਆਪ ਤਿਆਰ ਕਰੀਏ ਬਿਲਕੁਲ ਬਿਲਕੁਲ ਜੀ ਤੁਹਾਡਾ ਕਹਿਣ ਦਾ ਮਤਲਬ ਕਿ ਜਿੰਨੇ ਵੀ ਪਲੇਅਰ ਇਸ ਅਕੈਡਮੀ ਵੱਲੋਂ ਖੇਡੇ ਉਹ ਖੁਦ ਤੁਸੀਂ ਤਿਆਰ ਕੀਤੇ ਬਾਹਰੋਂ ਕਿਸੇ ਟੀਮ ਦਾ ਪਲੇਅਰ ਨਹੀਂ ਆਪ ਤਿਆਰ ਕੀਤੇ ਬਾਹਰੋਂ ਕਿਸੇ ਦਾ ਪੱਲੇ ਨਹੀਂ ਪੱਟਿਆ ਆਪਾਂ ਨੇ ਕਿਸੇ ਦਾ ਵੀ ਕਿਸੇ ਨੂੰ 20,000 ਦੇ ਦਿੱਤਾ ਕਿਸੇ ਨੂੰ ਮੋਟਰਸਾਈਕਲ ਦੇ ਦਿੱਤਾ ਕਿਸੇ ਨੂੰ ਗੱਡੀ ਦੇ ਦਿੱਤੀ ਵੀ ਆ ਜਾ ਮੇਰੇ ਵੱਲ ਖੇਡ ਲੈ ਸਾਡੇ ਪਲੇਅਰ ਔਫਰਾਂ ਵੀ ਆਈਆਂ ਹੈਗੀਆਂ ਸਾਡੇ ਹੈਪੀ ਸੈਂਪਲੀ ਨੂੰ ਸਫਾਰੀ ਦੀ ਔਫਰ ਵੀ ਆਈ ਗੱਡੀ ਦੀ ਉਹ ਕਹਿੰਦੇ ਨਹੀਂ ਕਹਿੰਦੇ ਮੈਂ ਮੁੜ ਵੈਦਾ ਛੱਡ ਕੇ ਜਾਣਾ ਹੈਗਾ ਪਰ ਗਏ ਨਹੀਂ ਸਾਨੂੰ ਇੰਨਾ ਮਾਣ ਹੈ ਆਪਣੇ ਪਲੇਅਰਾਂ ਦੇ ਜੇ ਅਸੀਂ ਪਲੇਅਰਾਂ ਦੀ ਮਿਹਨਤ ਕਰਾਉਂਦੇ ਹਾਂ ਸਾਡੇ ਨਾਲ ਪਲੇਅਰ ਖੜੇ ਵੀ ਹੈਗੇ ਅੱਜ ਜੇ ਅਸੀਂ ਮਿਹਨਤ ਕਰਾਉਂਦੇ ਹਾਂ ਮਿਹਨਤ ਕਰਦੇ ਹਾਂ ਜੇ ਇਹਨਾਂ ਨੂੰ ਕਹਿ ਦਈਏ ਵੀ ਇਹ ਕੰਮ ਕਰਨਾ ਇਹ ਕੰਮ ਕਰਕੇ ਹਟਦੇ ਹਾਂ ਚਾਹੇ ਜੋ ਮਰਜ਼ੀ ਹੋਈ ਉਹ ਗੁਰਪ੍ਰੀਤ ਨੇ ਦੱਸ ਦਿੱਤਾ ਜੀ ਕਿ ਜਿਹੜੇ ਅਸੀਂ ਇੱਥੋਂ ਇੱਕ ਚੰਗਾ ਖਿਡਾਰੀ ਬਣਨ ਦੇ ਨਾਲ ਨਾਲ ਮੈਨਰ ਵੀ ਸਿੱਖੇ ਆ ਕਿ ਜੋ ਜਿੱਥੇ ਅਸੀਂ ਖੇਡੇ ਹਾਂ ਉੱਥੇ ਹੀ ਖੇਡਾਂਗੇ ਜਿਹੜੇ ਉਸਤਾਦ ਦੇ ਲੜ ਲੱਗੇ ਹਾਂ ਉਹਦੇ ਥੱਲੇ ਖੇਡਾਂਗੇ ਹੋਰ ਕਿਤੇ ਨਹੀਂ ਜਾਵਾਂਗੇ ਇੱਕ ਬਹੁਤ ਵਧੀਆ ਡਿਸਪਲਨ ਪੁਰਾਣੇ ਅਤੇ ਨਵੇਂ ਬੱਚੇ ਬੈਠੇ ਆ ਵਿੱਚ ਬਹੁਤ ਸਾਰੇ ਰਹਿ ਗਏ ਹੈਪੀ ਰਹਿ ਗਿਆ ਲਾਡੀ ਰਹਿ ਗਿਆ ਉਹਨਾਂ ਨੇ ਆਉਣਾ ਸੀ ਕੋਈ ਕੰਮ ਪੈ ਗਿਆ ਉਹਨਾਂ ਨੂੰ ਮਨਿੰਦਰ ਕਿਸ਼ਮਰੀਆ ਤੋਤਾ ਵੀ ਜਾਂ ਬਾਹਰ ਵੀ ਸਾਡੇ ਬੱਚੇ ਬੈਠੇ ਆ ਐਕਚੁਅਲੀ ਸਾਡਾ ਇਹਨਾਂ ਨਾਲ ਪਲੇਅਰਾਂ ਵਾਲਾ ਰਿਸ਼ਤਾ ਨਹੀਂ ਹੈਗਾ ਪਲੇਅਰ ਸਾਡਾ ਜਦੋਂ ਇਹ ਅਖਾੜੇ 'ਚ ਵੜਦੇ ਐਂਟਰ ਕਰਦੇ ਆ ਉਦੋਂ ਸਾਡਾ ਪਲੇਅਰਾਂ ਵਾਲਾ ਰਿਸ਼ਤਾ ਹੈ ਉਸ ਤੋਂ ਬਾਅਦ ਸਨ ਫਾਦਰ ਵਾਲਾ ਰਿਸ਼ਤਾ ਹੈ ਫਾਦਰ ਅਤੇ ਪੁੱਤ ਵਾਲਾ ਬਸ ਸਾਡਾ ਇਹ ਚੱਲਦਾ ਅੱਜ ਤੱਕ ਸਾਡਾ ਬੱਚਾ ਅਸੀਂ ਇਹਨੂੰ ਸਾਰਿਆਂ ਨੂੰ ਘੂਰ ਵੀ ਦਿੱਤਾ ਹੈ ਜਦੋਂ ਇਹ ਅੰਦਰ ਹੁੰਦੇ ਆ ਉਦੋਂ ਬਹੁਤ ਘੂਰ ਪੈਂਦੀ ਹੈ ਇਹਨਾਂ ਨੂੰ ਜੇ ਲੋੜ ਪਈ ਤਾਂ ਲੋੜ ਪਈ ਨਹੀਂ ਤਾਂ ਲੋੜ ਨਹੀਂ ਪੈਂਦੀ ਪਿਆਰ ਨਾਲ ਬਹੁਤ ਕਰਦੇ ਆ ਖੇਡ ਸਮੇਂ ਖੇਡ ਵਾਲਾ ਹਾਂ ਬਾਹਰ 'ਚ ਬਾਹਰ ਵਾਲਾ ਇਸੇ ਤਰ੍ਹਾਂ ਦਾ ਜਿਹੜਾ ਰਿਸ਼ਤਾ ਇੱਕ ਵੱਡੀ ਦਾ ਜਦੋਂ ਕੋਚ ਸਾਹਿਬਾਨ ਅਪਣਾਉਂਦੇ ਆ ਤਾਂ ਬਾਕੀ ਪਲੇਅਰ ਉਹਨੂੰ ਫੋਲੋ ਕਰਦੇ ਆ ਉਹਨਾਂ 'ਤੇ ਅਮਲ ਕਰਦੇ ਆ ਉਹਨਾਂ ਲੀਹਾਂ 'ਤੇ ਚੱਲਦੇ ਨਹੀਂ ਸਾਰੇ ਕਰਦੇ ਮੇਰੇ ਸਾਰੇ ਬੱਚੇ ਬੈਠੇ ਬਹੁਤ ਵੱਡੀ ਸੋਚ ਆ ਜੀ ਸਾਰਾ ਪਤਾ ਲੱਗਿਆ ਗੱਲਾਂ ਬਾਤਾਂ ਵੀ ਕੀਤੀਆਂ ਤੁਸੀਂ ਬਹੁਤ ਅੱਛੇ ਮੈਨਰ ਸਿਖਾਏ ਆ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਸਰਦਾਰ ਕਰਮਜੀਤ ਸਿੰਘ ਜੀ ਬੈਠੇ ਢੇਲਪੁਰ ਸਾਹਿਬ ਜੀ ਢੇਲਪੁਰ ਸਾਹਿਬ ਬੈਠੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਹ ਫਿਜ਼ੀਕਲੀ ਵੀ ਸਾਨੂੰ ਕਰਦੇ ਆ ਫਾਈਨੈਂਸ ਤੌਰ 'ਤੇ ਵੀ ਇਹਨਾਂ ਨੇ ਬਹੁਤ ਹੈਲਪ ਕੀਤੀ ਹੈ ਸੋ ਮੈਂ ਥੈਂਕਸ ਵੀ ਕਰਦਾ ਵੀ ਇੱਥੇ ਸਾਡੇ ਵਿਚਕਾਰ ਬੈਠੇ ਆ ਅੱਜ ਉਹ ਵੀ ਸਾਡੇ ਦਰਮਿਆਨ ਹੈ ਉਹਨਾਂ ਦਾ ਵੀ ਸਵਾਗਤ ਕਰਦੇ ਆ ਕਰਮਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਸਰਦਾਰ ਜੀ ਹੋਰ ਠੀਕ ਹੋ ਸਰ ਬਹੁਤ ਵਧੀਆ ਵੀਰ ਤੁਸੀਂ ਕੀ ਕਹਿਣਾ ਚਾਹੋਗੇ ਜੀ ਮੈਂ ਸੰਧੂ ਸਾਹਿਬ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਅੱਜ ਖੇਡ ਨੂੰ ਕਬੱਡੀ ਮਾਂ ਖੇਡ ਕਬੱਡੀ ਨੂੰ ਪ੍ਰਫੁੱਲਿਤ ਕਰਨ ਵਾਸਤੇ ਆਪਣੇ ਚੈਨਲ ਰਾਹੀਂ ਲੋਕਾਂ ਤੱਕ ਸੁਨੇਹਾ ਲੈ ਕੇ ਜਾ ਰਹੇ ਬਾਕੀ ਮੈਂ ਤਾਂ ਇਹੀ ਚਾਹੁੰਦਾ ਵੀ ਇਹ ਜੇ ਪਲੇਅਰ ਅੱਜ ਸਾਡੇ ਫਿਜ਼ੀਕਲੀ ਬਣੇ ਇੰਨੇ ਮਿਹਨਤ ਕਰਾ ਰਹੇ ਕੋਚ ਸਾਹਿਬ ਇੰਨੀਆਂ ਮਿਹਨਤਾਂ ਕਰਾ ਰਹੇ ਤਾਂ ਸਰਕਾਰਾਂ ਨੂੰ ਵੀ ਇਹਨਾਂ ਵੱਲ ਦੇਖਣਾ ਚਾਹੀਦਾ ਹੈ ਸਰਕਾਰਾਂ ਕਿੰਨੇ ਕੁ ਆ ਬੱਚੇ ਬੈਠੇ ਆ ਤੁਹਾਡੇ ਤੁਸੀਂ ਦੇਖੋ ਇਹਨਾਂ ਦੇ ਕਿੱਡੇ ਕਿੱਡੇ ਸਰੀਰ ਹੈ ਕਿੰਨੀਆਂ ਕਿੰਨੀਆਂ ਮਿਹਨਤਾਂ ਕਰਦੇ ਹੈ ਪਰ ਅਫਸੋਸ ਦੀ ਗੱਲ ਹੈ ਵੀ ਅੱਜ ਤੱਕ ਇੱਕ ਵੀ ਬੱਚਾ ਇਹ ਸਾਡੇ ਲਈ ਬਹੁਤ ਅਫਸੋਸ ਦੀ ਗੱਲ ਹੈ ਵੀ ਇੱਕ ਵੀ ਬੱਚਾ ਸਰਕਾਰ ਨੇ ਵੀ ਕਿਤੇ ਕਿਸੇ ਨੂੰ ਭਰਤੀ ਕਰਿਆ ਹੋਏ ਕੋਈ ਜੋਬ ਦਿੱਤੀ ਹੋਏ ਕਿਸੇ ਨੂੰ ਰੁਜ਼ਗਾਰ ਦਿੱਤਾ ਹੋਏ ਤਾਂ ਉਹ ਆਪਣਾ ਡਾਇਟ ਵੱਲ ਹੀ ਧਿਆਨ ਦੇ ਸਨ ਵੀ ਕੋਈ ਉਹਨਾਂ ਨੂੰ ਮਾਲੀ ਮਦਦ ਮਿਲੇ ਤਾਂ ਉਹ ਡਾਇਟ ਵਗੈਰਾ ਆਪਣੀ ਲੈ ਸਕਦੇ ਹੁਣ ਹੈ ਨਾ ਸਰਕਾਰਾਂ ਨੇ ਅੱਜ ਤੱਕ ਕਦੇ ਵੀ ਕੁਛ ਨਹੀਂ ਕਰਿਆ ਇਸ ਇਲਾਕੇ ਵਾਸਤੇ ਤਾਂ ਕਦੇ ਵੀ ਕੁਛ ਨਹੀਂ ਕਰਿਆ ਕੋਈ ਪਲੇਅਰ ਸਾਡੇ ਦੇਖੋ ਹਰਜੋਤ ਐਡਾ ਬੜਾ ਸਟਾਰ ਪਲੇਅਰ ਹੈ ਇਹ ਜੱਸੂ ਕੁਲਦੀਪ ਉਹਨੇ ਐਡੇ ਐਡੇ ਨੇ ਗੁਰਵਿੰਦਰ ਨਾਭਾ ਬੈਠਾ ਪੰਮਾ ਸੋਹਣਾ ਹੈਪੀ ਸੈਂਪਲੀ ਐਡੇ ਐਡੇ ਸਰੀਰ ਵਾਲੇ ਮੁੰਡੇ ਵੀ ਪੰਜਾਬ ਪੁਲਿਸ ਦੇ ਇਹਦੇ ਚਾਰ ਚਾਰ ਜਿਹੜੇ ਕੌਂਸਟੇਬਲ ਇਹਨਾਂ ਨੂੰ ਨਾਲ ਨਾਲ ਚੱਕ ਕੇ ਤੁਰ ਜਾਣ ਪਰ ਇਹਨਾਂ ਨੂੰ ਕਦੇ ਵੀ ਕਿਸੇ ਸਰਕਾਰ ਨੇ ਇਹ ਨਹੀਂ ਕਿਹਾ ਵੀ ਐਡੇ ਐਡੇ ਨਾਮ ਇਹਨਾਂ ਦੇ ਹੋਏ ਆ ਵੀ ਇਹਨਾਂ ਨੂੰ ਕਿਸੇ ਨੂੰ ਭਰਤੀ ਕਰ ਲਈਏ ਕਿਸੇ ਹੋਰ ਅਦਾਰੇ 'ਚ ਕਿਸੇ 'ਚ ਇਹਨਾਂ ਨੂੰ ਕੋਈ ਕਲੈਰੀਕਲ ਜੋਬ ਮਿਲ ਜਾਏ ਅਫਸੋਸ ਦੀਆਂ ਗੱਲਾਂ ਵੀ ਸਾਡੀਆਂ ਸਰਕਾਰਾਂ ਨੇ ਅੱਜ ਤੱਕ ਕੁਛ ਵੀ ਨਹੀਂ ਕਰਿਆ ਬਿਲਕੁਲ ਸਹੀ ਕਿਹਾ ਜੀ ਤੁਸੀਂ ਅਫਸੋਸ ਵਾਲੀ ਗੱਲ ਆ ਸਾਡੇ ਕੋਚ ਸਾਹਿਬ ਜੀ ਨੇ ਦੱਸਿਆ ਕਿ 6-7 ਪਲੇਅਰ ਜਿਹੜੇ ਸਾਡੇ 6 ਵਰਲਡ ਕੱਪ ਪੰਜਾਬ ਦੀ ਧਰਤੀ 'ਤੇ ਸਾਡੀ ਸਰਕਾਰ ਵੱਲੋਂ ਕਰਵਾਏ ਗਏ ਜਿਹੜੇ ਖਿਡਾਰੀ ਪਹਿਲਾ ਵਰਲਡ ਕੱਪ ਖੇਡੇ ਸਿਰਫ ਉਹਨਾਂ ਨੂੰ ਹੀ ਜੋਬ ਦਿੱਤੀ ਗਈ ਉਸ ਤੋਂ ਬਾਅਦ ਜਿਹੜੇ 5 ਕੱਪ ਹੋਏ ਕਿਸੇ ਵੀ ਪਲੇਅਰ ਨੂੰ ਪੁੱਛਿਆ ਨਹੀਂ ਗਿਆ ਅਤੇ ਵੱਡੇ ਮਾਣ ਵਾਲੀ ਗੱਲ ਇਹ ਹੈ ਕਿ ਇਸ ਅਕੈਡਮੀ ਦੇ 7 ਪਲੇਅਰ ਜਿਹੜੇ ਉਹ ਵਰਲਡ ਕੱਪਾਂ ਦੇ ਵਿੱਚ ਖੇਡ ਚੁੱਕੇ ਆ ਫਿਰ ਵੀ ਅੱਜ ਉਹ ਉਹਨਾਂ ਦੀ ਜਿਹੜੀ ਹਾਲਤ ਆ ਕੋਈ ਬਹੁਤੀ ਚੰਗੀ ਨਹੀਂ ਐਡੇ ਵੱਡੇ ਕੱਪਾਂ 'ਤੇ ਖੇਡਣ ਦੇ ਬਾਵਜੂਦ ਵੀ ਅੱਜ ਉਹ ਪਲੇਅਰ ਬੇਰੁਜ਼ਗਾਰ ਨੇ ਕਿਉਂਕਿ ਲੰਮਾ ਸਮਾਂ ਬਹੁਤਾ ਲੰਮਾ ਸਮਾਂ ਕੋਈ ਵੀ ਖਿਡਾਰੀ ਆ ਉਹ ਕੋਈ ਵੀ ਖੇਡ ਨਹੀਂ ਖੇਡ ਸਕਦਾ ਸਮੇਂ ਸਮੇਂ
वह कोई कम करन जोगे भी नहीं रहिंदे। उन्हां दी हालत जरूर आपां पता है कि किदां दी हुंदी आ। उन्हां बारे सरकारां नूं जरूर सोचना चाहिए जिहड़े इंटरनेशनल पद्धर ते खेड के आउंदे आ। कोई ना कोई उन्हां दा रुजगार दा जिहड़ा साधन है गवर्नमेंट वल्लों होना चाहिए। बाकी कोसा तुहाडे लई साडा सैल्यूट बणदा कि तुसीं 2000 तों लैके अज वी डटे होए हो। दस्सिया कि 30+ जिहड़े सुपरस्टार खिडारी है इंटरनेशनल पद्धर दे खिडारी है इस बैदवान मौली बैदवान अकैडमी नूं तुसीं दित्ते आ ते होर भी आने वाले समय च अजे डटे होए हो। वड्डे वड्डे जिहड़े कबड्डी दे माल आ उह साडी खेड कबड्डी नूं देणे आ ते आपां तुहाडे जिहड़े चंडे होए खिडारी आ तुहाडे जिवें कहिंदे सिगिरद आ तुहाडे पट्ठे आ उहनां नाल वी आपां थोड़ी थोड़ी गल्लबात जरूर करांगे। सब तो पहला आपां गल करिए दोस्तो गब्बर जी हरजोत सिंह गब्बर मौली बैदवान जिहड़ा अज भी लोक दिलों से राज करदा ना है। जदों भी कबड्डी की गल छिड़दी है तो मल्लो मल्ली गब्बर का ना जिहड़ा बच्चे बच्चे की जबान पर आ जाता है। ये वो माण मत्ती शिक्षित गब्बर जी साढ़े नाल ने। गब्बर जी स्वागत है तुहाडा। सत श्री अकाल जी। पहला मेरा ब्रदर अपने कबड्डी चैनल लेके आए साढ़े पिंड पहुँचे तो जी आए स्वागत सत श्री अकाल कहिंदा भाई। ਹੋਰ ਕੀ ਹਾਲ ਚਾਲ ਹੈ ਤੁਹਾਡਾ? ਠੀਕ ਠਾਕ ਹੈ ਵੀਰ, ਵਧੀਆ ਚੜ੍ਹਦੀ ਕਲਾ। ਸਿਹਤ ਅੱਜ ਕੱਲ੍ਹ ਠੀਕ ਹੈ ਤੁਹਾਡੀਆਂ? ਹਾਂ ਠੀਕ ਹੈ ਵੀਰ ਜੀ, ਹੁਣ ਤਾਂ ਠੀਕ। ਹੁਣ ਕਿੱਦਾਂ ਤੁਸੀਂ ਆਉਂਦੇ ਹੋ? ਆਉਂਦੇ ਹਾਂ ਗਰਾਊਂਡ 'ਚ ਆਉਂਦੇ ਜੀ। ਆਉਂਦੇ ਹੋ? ਹਾਂ ਜੀ ਹਾਂ ਜੀ। ਮਿਹਨਤ ਵਗੈਰਾ ਤੁਹਾਡੀ ਚੱਲਦੀ ਹੈ? ਮਿਹਨਤ ਕਰੀ ਜਾਂਦੇ ਲਾ ਲੈਂਦੇ ਮਾੜੀ ਮੋਟੀ, ਹੁਣ ਤਾਂ ਤੁਹਾਨੂੰ ਪਤਾ ਹੀ ਹੈ ਖੇਡਣ ਦਾ ਇਰਾਦਾ ਤਾਂ ਨਹੀਂ? ਨਹੀਂ ਨਹੀਂ, ਖੇਡਣ ਦਾ ਕਿਤੇ ਹੁੰਦਾ ਹੀ ਖੇਡਾਉਣ ਦਾ ਹੀ ਹੈ, ਖੇਡਾਉਣ ਦਾ ਹੀ ਹੈ। ਤੁਸੀਂ ਵੀ ਚਾਹੁੰਦੇ ਹੋ ਕਿ ਮੇਰੇ ਵਾਂਗ ਜਿਹੜੇ ਹੋਰ ਪਲੇਅਰ ਇਸ ਇਲਾਕੇ ਦੇ ਉਹਨਾਂ ਦਾ ਵੀ ਨਾਂ ਕਬੱਡੀ ਜਗਤ ਵਿੱਚ ਰੋਸ਼ਨ ਹੋਵੇ, ਵਧੀਆ ਪਲੇਅਰ ਅਸੀਂ ਤਿਆਰ ਕਰਕੇ ਸਾਡੀ ਖੇਡ ਕਬੱਡੀ ਹੁੰਦੀ? ਅੱਜ ਤਾਂ ਸਾਨੂੰ ਬਹੁਤ ਖੁਸ਼ੀ ਹੈ, ਮਾਠ ਜੀ ਹੋਣੇ ਪ੍ਰੈਕਟਿਸ ਕਰਾ ਰਹੇ, ਮੁੰਡੇ ਨਵੇਂ ਲੱਗੇ, ਦੀਪ ਹੈ ਮੁੰਡਾ, ਗੁਰਦੀਪ ਹੈ ਕਹੀ ਆ ਪੰਮੇ, ਉਹਨੇ ਬਹੁਤ ਵਧੀਆ ਪ੍ਰੈਕਟਿਸ ਕਰ ਰਹੇ ਜੀ ਇੱਥੇ। ਤੁਹਾਡਾ ਯੋਗਦਾਨ ਵਧੀਆ, ਪੂਰਾ ਨਾਲ ਹੀ ਅਸੀਂ ਮਾਠ ਨਾਲ ਖੜੇ, ਜੋ ਵੀ ਹੁਕਮ ਲਾਉਂਦੇ ਅਸੀਂ ਕਰਦੇ ਨਾਲ। ਠੀਕ ਹੈ। ਹਾਂ ਹੁਣ ਕਿੱਦਾਂ ਲੱਗਦਾ ਵੀ ਇਸ ਇਲਾਕੇ 'ਚੋਂ ਪਲੇਅਰ ਜਿਹੜੇ ਉੱਭਰ ਕੇ ਸਾਹਮਣੇ ਆਉਣਗੇ? ਅਸੀਂ ਕਹਿੰਦੇ ਬਹੁਤ ਖੁਸ਼ੀ ਹੈ, ਹੁਣ ਇੰਨਾ ਸਾਡੇ ਇਲਾਕੇ 'ਚ ਪੈਸਾ ਆ ਗਿਆ, ਪਲੇਅਰ ਬਹੁਤ ਘੱਟ ਉੱਠ ਰਹੇ ਹੈ। ਇੱਕ ਹਰਜੋਤ ਜੀ, ਜਿਹੜੇ ਜ਼ਿਆਦਾਤਰ ਪਲੇਅਰ ਹੈ ਉਹ ਗਰੀਬ ਘਰਾਂ ਦੇ ਪਲੇਅਰ ਹੀ ਕਬੱਡੀ ਖੇਡਦੇ ਆ। ਜਿਵੇਂ ਹੁਣ ਲੋਕਡਾਊਨ ਸੀਗਾ, ਤਕਰੀਬਨ 1.25 ਸਾਲ ਤੋਂ ਉੱਪਰ ਹੋ ਚੱਲਿਆ ਸਾਡੀ ਖੇਡ ਕਬੱਡੀ ਨੂੰ ਬੰਦ ਹੋਇਆ, ਅਤੇ ਉਹਨਾਂ ਦੀ ਕੀ ਹਾਲਤ ਹੈ ਅੱਜ ਦੇ ਸਮੇਂ? ਉਹ ਪਲੇਅਰਾਂ ਦਾ ਘਰ ਦਾ ਜਿਹੜਾ ਕਾਰੋਬਾਰੀ ਹਾਲਤ ਹੈ? ਹਾਲਤ ਬਹੁਤ ਮਾੜੀ ਹੈ ਜੀ ਉਹਨਾਂ ਦੀ, ਮੈਚ ਲੱਗ ਨਹੀਂ ਰਹੇ ਕਰੋਨਾ ਕਰਕੇ, ਪਲੇਅਰ ਘਰ ਬੈਠੇ ਹੈ, ਖਾਣ ਨੂੰ ਡਾਇਟ ਵੀ ਨਹੀਂ ਮਿਲਦੀ ਉਹਨਾਂ ਨੂੰ, ਜੇ ਮੈਚ ਲੱਗਣਗੇ ਤਾਂ ਹੀ ਡਾਇਟ ਮਿਲੂਗੀ। ਉਹਨਾਂ ਬਾਰੇ ਕਿਸੇ ਨੇ ਸੋਚਿਆ, ਕਿਸੇ ਸਰਕਾਰ ਨੇ? ਕੁਛ ਨਹੀਂ, ਸਰਕਾਰ ਦਾ ਤੁਹਾਨੂੰ ਪਤਾ ਹੀ ਹੈ ਜੀ, ਆਪਣੇ ਕੰਮ ਲੋਟ ਹੈ ਉਹਨਾਂ ਦੇ, ਕੋਈ ਸਪੋਰਟਸ ਪਲੇਅਰ ਕਿਉਂ ਦੀ ਰਿਸਪੈਕਟ ਨਹੀਂ ਹੈਗੀ। ਇਹ ਸਾਡੀ ਆਵਾਜ਼ ਸਰਕਾਰਾਂ ਤੱਕ ਕਿੱਦਾਂ ਜਾਊਗੀ ਸਾਡੀ ਖੇਡ ਕਬੱਡੀ ਬਾਰੇ ਵੀ? ਸਰਕਾਰ ਨੂੰ ਅਸੀਂ ਕਰਾਂਗੇ ਉਪਰਾਲਾ, ਸਾਰੇ ਰਲ ਮਿਲ ਕੇ ਯੰਗ ਮੁੰਡੇ ਕਹਿਣਗੇ ਸਾਰਾ ਕੁਛ, ਤਾਂ ਹੀ ਸਰਕਾਰ ਕਰੂਗੀ। ਕੀ ਕੋਈ ਇੱਦਾਂ ਦਾ ਸੰਸਥਾ ਬਣਨੀ ਚਾਹੀਦੀ ਹੈ ਕਬੱਡੀ ਦੀ ਜਿਹੜੀ ਸਰਕਾਰਾਂ ਨੂੰ ਜਾ ਕੇ ਕਹਿ ਸਕੇ ਕਿ ਸਾਡੇ ਪਲੇਅਰਾਂ ਬਾਰੇ ਸੋਚੋ? ਨਵੇਂ ਮੁੰਡੇ ਆਪਣਾ ਗਰਲਾਲ ਘਨੌਰ ਹਾਂਜੀ ਨੇ ਹੁਣ ਜੁਆਇਨ ਕਰਿਆ, ਸਰਕਾਰਾਂ 'ਚ ਆਉਣਗੇ, ਨਹੀਂ ਸਪੋਰਟਸਮੈਨ ਹੀ ਕਰ ਸਕਦਾ ਕਬੱਡੀ ਵਾਲਿਆਂ ਦਾ। ਕੀ ਰਾਜਨੀਤੀ ਵਿੱਚ ਸਪੋਰਟਸਮੈਨਾਂ ਦਾ ਆਉਣਾ ਜ਼ਰੂਰੀ ਹੈ? ਜ਼ਰੂਰੀ ਹੈ, ਕਬੱਡੀ ਵਾਲਿਆਂ ਦਾ, ਕਬੱਡੀ ਵਾਸਤੇ ਹੀ ਆ ਰਹੇ ਨਾ। ਬਿਲਕੁਲ, ਵੀ ਕਬੱਡੀ ਦਾ ਗਰਾਊਂਡ ਮਿਲਣਾ ਉਹਨੂੰ ਪ੍ਰੋਪਰ ਸਾਰਾ ਕੁਛ, ਹੁਣ ਦੇਖੇ ਕਿੰਨੇ ਪਲੇਅਰ ਗਲਫਰਾਲ ਲੈ ਕੇ ਮਰ ਰਿਹਾ ਕੋਈ ਕੁਛ ਜੀ। ਬਾਈ ਗੁਰਲਾਲ ਜੀ ਜਾਇਜ਼ ਆ, ਉਹ ਰਾਜਨੀਤੀ ਵਿੱਚ ਆ ਜਾਣਾ। ਠੀਕ ਹੈ, ਜਾਇਜ਼ ਆ, ਚਲੋ ਵਧੀਆ ਜੀ, ਗੋਡਾ ਆਪਣੀ ਕਬੱਡੀ ਲਈ। ਹਾਂ ਗੋਡਾ ਜੀ, ਕਬੱਡੀ ਲਈ ਤਾਂ ਬਹੁਤ ਗੋਡੇ। ਹੋਰ ਕੋਈ ਇੱਦਾਂ ਦਾ ਪਲੇਅਰ ਜਿਹੜਾ ਰਾਜਨੀਤੀ 'ਚ ਆਇਆ ਹੋਵੇ ਜਾਂ ਆਪਾਂ ਜਿਹਨੂੰ ਲਿਆਉਣ ਬਾਰੇ ਕਹਿ ਰਹੇ ਹਾਂ ਵੀ ਆ ਜੇ, ਵਧੀਆ ਹੋਰ ਆਵੇ ਜੀ, ਆਉਣਾ ਚਾਹੀਦਾ ਕਬੱਡੀ ਵਾਲਿਆਂ ਮੂਹਰੇ ਹੋ ਕੇ। ਠੀਕ ਹੈ, ਠੀਕ ਹੈ, ਬਹੁਤ ਥੈਂਕ ਯੂ ਜੀ ਤੁਹਾਡਾ। ਹਾਂਜੀ ਬਾਈ ਜੀ, ਪੋਪਾ ਜੀ ਆਓ ਤੁਸੀਂ। ਪੋਪਾ ਵੀ ਸਾਡੇ ਸੀਨੀਅਰ ਪਲੇਅਰ ਨੇ, ਪੋਪੇ ਨੂੰ ਸਾਰੇ ਜਾਣਦੇ ਆ। ਪੋਪੇ ਨੇ ਵੀ ਇੰਟਰਨੈਸ਼ਨਲ ਪੱਧਰ 'ਤੇ ਸਾਡੀ ਖੇਡ ਕਬੱਡੀ ਦਾ ਨਾਂ ਜਿਹੜਾ ਬਹੁਤ ਉੱਚਾ ਕੀਤਾ, ਇਸ ਇਲਾਕੇ ਦਾ ਮਾਣ ਵਧਾਇਆ। ਪੋਪਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਹੋਰ ਕੀ ਹਾਲ ਚਾਲ ਨੇ? ਠੀਕ ਹੈ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਬਸ ਸਭ ਕੁਛ, ਸਭ ਮਿਹਨਤ ਲਾ ਰਿਹਾ ਸੀ, ਮਿਹਨਤ ਲਾਈ ਜਾਂਦੇ ਹਾਂ ਜੀ, ਸਿਰ 'ਤੇ ਨਹੀਂ, ਇਕੱਲੀ ਮਿਹਨਤ ਹੀ ਚੱਲਦੀ ਰਹੂ, ਇਕੱਲੇ ਖੇਡਦੀ ਰਹੋਗੇ ਜਾਂ ਕੁਛ ਤੁਹਾਨੂੰ ਚਾਹੀਦਾ ਵੀ ਹੈ? ਚਾਹੀਦਾ ਸਭ ਨੂੰ, ਬਹੁਤ ਕੁਛ ਚਾਹੀਦਾ ਜੀ, ਹੁਣ ਗਰਾਊਂਡ ਗਰੂੰਡ ਸਟੇਡੀਅਮ ਹੋਵੇ ਜੀ, ਉਰੇ ਮਿਹਨਤ ਲਾਉਣ ਵਾਸਤੇ ਗਰਾਊਂਡ ਵੀ ਚਾਹੀਦਾ, ਸਟੇਡੀਅਮ ਵੀ ਚਾਹੀਦੇ ਨੇ, ਪ੍ਰੋਪਰ ਜਿਹੜਾ ਖੇਡਾਂ ਲਈ ਲੋੜੀ ਦਾ ਸਮਾਨ ਹੈ, ਕਬੱਡੀ ਲਈ ਲੋੜੀ ਦਾ ਸਮਾਨ ਹੈ, ਉਹਦੀ ਵੀ ਜਿੰਮ ਜੁੰਮ ਦੀ ਲੋੜ ਹੋਰ ਬਾਈ, ਅਤੇ ਸਰਕਾਰਾਂ ਨੂੰ ਥੋੜ੍ਹੀ ਬਹੁਤ ਖੁਰਾਕ ਵੀ ਪਲੇਅਰਾਂ ਵਾਸਤੇ ਜਾਂ ਥੋੜ੍ਹੀ ਬਹੁਤ ਜਿਵੇਂ ਖਰਚਾ ਪਾਣੀ ਕਿਸੇ ਨਾ ਕਿਸੇ ਹਾਲਤ ਵਿੱਚ ਕਬੱਡੀ ਵਾਸਤੇ ਆਉਣਾ ਚਾਹੀਦਾ ਨਾ। ਹਾਂ, ਖਰਚਾ ਪਾਣੀ ਜ਼ਰੂਰ ਚਾਹੀਦਾ ਜੀ, ਜਿੰਮ ਜੁੰਮ ਆਪਣਾ ਸਭ ਕੁਛ, ਬੱਚਿਆਂ ਨੂੰ ਸਹੂਲਤ ਹੋਵੇ ਤਾਂ ਹੀ ਬੱਚੇ ਅੱਗੇ ਨਵੇਂ ਉੱਠੂਗੇ। ਇੱਕ ਗੱਲ ਹੈ ਪਾਪਾ ਜੀ, ਦੇਖੋ ਲਗਾਤਾਰ ਆਪਾਂ ਭਾਵੇਂ ਪਲੇਅਰ ਹਾਂ, ਭਾਵੇਂ ਪ੍ਰਮੋਟਰ ਹਾਂ, ਭਾਵੇਂ ਕੋਚਰ ਸਾਹਿਬਾਨ ਹਾਂ, ਵੋਟਾਂ ਆਪਾਂ ਵੀ ਪਾਉਂਦੇ ਆ ਰਹੇ ਹਾਂ ਸਰਕਾਰਾਂ ਨੂੰ। ਕੀ ਕਦੇ ਆਪਾਂ ਨੇ ਮੰਗ ਕੀਤੀ ਹੈ ਕਿ ਸਾਡੀ ਕਬੱਡੀ ਬਾਰੇ ਵੀ ਸੋਚੋ? ਨਾ ਜੀ, ਕਦੇ ਨਹੀਂ ਕੀਤੀ ਜੀ। ਕਦੋਂ ਸੋਚਾਂਗੇ ਆਪਾਂ? ਹੁਣ ਸੋਚਣੇ ਦੇ ਟਾਈਮ ਆ ਗਿਆ ਜੀ, ਹੁਣ ਤਾਂ ਲੋਕ ਕਾਫੀ ਜਾਗ ਚੁੱਕੇ ਨੇ, ਇਹ ਕਿਸਾਨ ਅੰਦੋਲਨ ਦੇ ਕਰਕੇ ਆਪਾਂ ਨੂੰ ਕਾਫੀ ਕੁਝ ਸਿੱਖਣ ਨੂੰ ਮਿਲਿਆ ਨਾ, ਸਰਕਾਰਾਂ ਨੇ ਕਿੱਡਾ ਵੱਡਾ ਧੱਕਾ ਸਾਡੀ ਕਿਸਾਨੀ ਨਾਲ ਕੀਤਾ, ਅਤੇ ਉਹਦੇ ਨਾਲ ਨਾਲ ਸਾਡੀ ਕਬੱਡੀ ਨੂੰ ਬਹੁਤ ਵੱਡਾ ਧੱਕਾ ਲੱਗਿਆ।
कुछ लॉकडाउन करके तो किसानी करके भी आप थोड़ी शर्म आती है कि आप मैच बंद किए भी एक पास आप अंदोलन लड़ रहे हैं दूजे पास आप कबड्डी खेड़ रहे भी अपने आप असी सहमति ना कबड्डी बंद की पर प्लेयर का नुकसान होया फिर भी कई ने संस्था ने सोचा कि चलो थोड़ी थोड़ी कबड्डी चलती रहन दो तो सरकार भी चाहिए ना कुछ जो किसान के पुत कबड्डी खेलते हैं उ दिल्ली बैठे हैं मैच भी ताही बंद होने हैं ठीक है सरकार को कबड्डी बारे सोचना चाहिए सोचना चाहिए जी भूरा जी संधु ब्रदर बहुत बहुत धन्यवाद जी थोड़ा भाई भूरा जी जे वर्ल्ड कपां दे विच खेड चुके ने तुसी इन्हां नूं खेडदे देखिया आस्ट्रेलिया की टीम वालों भाई जी बतौर कप्तान ही खेडे जी तुसी ना कप्तान उप कप्तान उप कप्तान उप कप्तान खेडे आस्ट्रेलिया की टीम दे वालों वह भी साढ़े नाल ने इस अकैडमी ने इन्हां नूं कबड्डी दे विच पूरा घड़ूआ वाला बनाया बुढ़ा सॉरी पूरा बुढ़नपुर की कहना चाहोगे जी देखो जी असी 2010 च खेडे हैं जी एक वर्ल्ड कप एक 11 च खेडे हैं तो साढ़े कोच साहबान का बहुत बहुत धन्यवाद जिन्हां ने सानू पुत्तां वांगू पालिया जी बहुत मेहनत कराई है जी इत्थे उन्हां दी बदौलत है जी जिहड़ा खेडे हैं आपां ते हुण भी मेहनत करा रहे हैं सारे प्लेयर साहबान लगातार लगे हुए हाँ जी लगे हुए हैं जी बस इन्हां दा देण नहीं दे सकदे जी बहुत ज़्यादा मेहनत है जी इन्हां दी इदां कोई अपने पुत्तां नूं नहीं पालदा जिद्दां इह बच्चिआं नूं पालदे हैं तुसीं आस्ट्रेलिया द्वारा गए हाँ जी हुण ना हूँ तो मैं 2015 तो वापस आ गया सी वापस आ गए हाँ जी तो हूँ फिर तुम की कर वाह हूँ तो जी मैं कबड्डी छड़ती 2017 तो जी अच्छा हाँ जी तो बाद फिर हूँ घर ही इंजरी करके जा परिवारक मजबूरियां करके नहीं जी सट्टा सुट्टा लग गई सी मेरी गोली निकल ली जी जिदा जोड़ चो 5-6 बार वो निकल ली सर्जरी कराई दुबारे फिर जी इतने सट्ट लग गई जी उदे करके छड़नी पई जी तो खर्चा पानी वधिया चलता परिवार किदा हाँ जी वधिया जी वधिया तुहानू प्रॉब्लम तो नहीं कोई प्रॉब्लम तुहाडे साथी प्लेयर जिहड़े कबड्डी खेडदे आ सोहणे खेडदे आ हाँ जी हाँ जी आपणे पिंड दे मुंडे भी खेडदे आ किच्चू हो गया जी बाकी 2-3 मुंडे होर भी आने आ मास्टर जी कोल मेहनत करदे आ ठीक है तुसी इन्हां दी मेहनत तो खुश हो तुसी भी नाल इन्हां दे करवाउणा चाहुंदे हो मेहनत असीं भी नाल लगे नाले ने जी ओ साहब दे तुसी भी आउंदे हो हाँ जी हाँ जी आंदे रहिंदे थैंक यू हैप्पी जी आ जाओ पहलवान जी गुरप्रीत आ जाओ भाई गुरप्रीत जी हुण आपां इन्हां नाल भी 2 मिनट गलबात करांगे बहुत वधिया रेडर ने भाई गुरप्रीत जी मौली वाले गुरप्रीत जी सत श्री अकाल जी पहलां तां तुहाडा साडे पिंड आण साडी अकैडमी आण ते तुहाडा स्वागत है थैंक यू जी हाँ जी बाकी गल है प्लेयरां दी है कोच दी है साडे कोच साहब ना एक तुसीं देखोगे साडी अकैडमी च पहले दिन तो जिहड़े प्लेयर खड़े ने ते लास्ट जिन्ने भी मुंडे सारे इकट्ठे ने माड़ जी एक कॉल करदे आ माड़ जी नाल खड़दे आ जी ये प्लेयरां दे भी है बाकी उह भी है हुण कोच साहब दा दिन आपां बिचरा बाई ने कि आपां देण दे नहीं सकदे इत्थे एक तुसीं इह नहीं ला सकदे भी इत्थे ना प्लेयर तो लेके चंगे इंसान भी बनाए जांदे आ जदों भी आपां प्रैक्टिस करके हटदे आ कोच साहब सानूं बिठा के सारे मुंडिआं नूं बिठा के चंगे जिद्दां आपां ने परिवार च विचरदे आ उह चीज़ सानूं इत्थे सिखाई जांदी है प्लेयर दे नाल नाल सानूं चंगे इंसान बनन दी भी ट्रेनिंग दित्ती जांदी है इत्थे फिर प्लेयर दे नाल नाल गुड मैनर्स भी तुहानूं इन्हां तों सिखण नूं मिले आ ते तुसीं अपना रहे हो एक देखण नूं आपां एक सबूत आ इह अज एक कैंप दे विच कबड्डी खिलाड़ी जिहड़े आपां अक्सर देखदे आ कि थां मैं टिक के नहीं बैठ सकदे हुंदे भावें उह गड्डी कोल चल जाइए उन्हां ने कुछ ना कुछ करी जाणा हुंदा पर अज डिसिप्लिन दे विच एक सेध है जे इह तुहाडे मैनर्स बारे तुसीं गल कीती आ गुड मैनर्स तुहानूं दित्ते आ सारिआं नूं उहनां नूं तुसीं फॉलो कर रहे हो अपना रहे हो देखो डिसिप्लिन दे नाल तुसीं सारे जिन्ने भी ओल्ड प्लेयर आ इस इलाके दे अज सारे आए हो तुहाडा सारिआं दा एक बार फिर कबड्डी दीआं गल्लां यूट्यूब चैनल की सारी टीम वालों असी दिलों थैंक यू करते हैं कि तुसी एक निक्के जे सद्दे ते सारे आए तो अज इस निक्के जे कैंप दे विच शामिल हो होर की कहना चाहुंदे हो तुसी होर भाजी एक नाल कबड्डी दे नाल नाल आपां जिद्दां बाई ना हो गए अंदोलन च पूरा सहयोग दे रहे ने अपने मुंडे अपना 7 to 9 o'clock तक अपने ते लाइटां ते प्रदर्शन भी करदे ने कबड्डी वाले मुंडे जिन्ने भी आ हर पिंड दे नौजवान आ हरेक तरह का मतलब कि जिन्ना भी सहयोग हुंदा आपां दे रहे हैं इस अकैडमी नूं भी ला लो मतलब कि अपना अपना अंदोलन भी ला लो कोच साहब ने सानू चीज़ें ही यह जी सिखाने भी मतलब कि एक चंगे इंसान बन के प्लेयर तो चलो उपर हेठा कोई वधिया चंगे बनते रहने पर सब तो वड्डी गल है इतों जो बंदा इतने अकैडमी जमाट जी को खड़ गया वो जरूर भी एक चंगा इंसान बन के जाऊगा इतों ये सब तो बड़े वड्डी गल है ये अकैडमी जो तुम चैक कर लो किसी मर्जी प्लेयर को बुला लो जिन्ना सीनियर तो लेके जूनियर तक ये सब तो वड्डी देन है ये इस अकैडमी की जो माट जी को आ गया दोस्तों भाई गुरप्रीत सिंह जी कबड्डी स्टार इन्होंने आख्या कि एक चंगे प्लेयर होने दे नाल नाल सानू एक चंगा इंसान बन दी नसीहत जिहड़ी इत्थों कोच साहब तो मिली आ ते असी
उस हिसाब के नाल अपने परिवार के नाल अपने समाज नाल विचरदे आ। जिथे इन्होंने दस्सिया कि कबड्डी के नाल नाल किसानी अंदोलन चल रहा, ये जिहड़े प्लेयर आ जिथे भी किसानी अंदोलन का धरना लगता उहदे विच लगातार भावें दिल्ली होवे जां इत्थे मोहाली दे जिथे भी धरने लगते उहदे विच शामिल होंदे आ। उहदे लई भी धन्नवाद तुहाडी सारी टीम का, थैंक यू। होर कुछ बाजी जिहड़ा पहलो सबदा बहुत बहुत धन्नवाद, थैंक यू, बहुत बहुत शुक्रिया गुरप्रीत जी। तो हुण बाई आपां पम्मा सुहाणा जी उहनां नाल भी गलबात करिए। ਪੰਮਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਬਾਈ ਕੀ ਹਾਲ ਚਾਲ ਹੈ ਜੀ? ਠੀਕ ਹੈ ਜੀ, ਬਿਲਕੁਲ ਵਧੀਆ। ਬਾਈ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਥੈਂਕ ਯੂ ਕਰਦਾ ਕਿ ਤੁਹਾਡੀ ਬਦੌਲਤ ਅੱਜ ਨਾ ਇਹ ਇੰਨੀਆਂ ਮਾਣ ਮੱਤੀਆਂ ਸ਼ਖਸੀਅਤਾਂ ਦੇ ਸਾਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ, ਇੱਕ ਰੱਬੀ ਰੂਹਾਂ ਦੇ ਦਰਸ਼ਨ ਕਰਵਾਏ ਅੱਜ। ਕਿਉਂਕਿ ਰੱਬੀ ਰੂਹਾਂ ਆਖਾਂਗੇ ਜਿਹੜੇ ਸਾਡੇ ਸਮਾਜ ਨੂੰ ਜੋ ਵੀ ਇਨਸਾਨ ਸੇਧ ਦਿੰਦਾ ਕਿਸੇ ਵੀ ਭਾਵੇਂ ਖੇਡ ਹੈ ਜਾਂ ਕੋਈ ਹੋਰ ਫੀਲਡ ਆ, ਜਿਸ ਫੀਲਡ ਲਈ ਗੁੱਡ ਵਰਕ ਕਰਦਾ ਜੋ ਵੀ ਇਨਸਾਨ ਆ, ਉਹਦੇ ਲਈ ਆਪਾਂ ਹਮੇਸ਼ਾ ਸਲੂਟ ਕਰਾਂਗੇ। ਮਾਸਟਰ ਭੁਪਿੰਦਰ ਸਿੰਘ ਜੀ ਪਿੰਡਾਂ ਸਾਹਿਬਾਂ ਨੂੰ ਅੱਜ ਇੰਨੀ ਖੁਸ਼ੀ ਹੋਈ ਕਿ ਲਗਾਤਾਰ 2000 ਤੋਂ ਲੈ ਕੇ ਇਸ ਇਲਾਕੇ ਨੂੰ ਜਿੱਥੇ ਕਬੱਡੀ ਦੇ ਸੁਪਰਸਟਾਰ ਪਲੇਅਰ ਦਿੱਤੇ ਆ ਔਰ ਨਾਲ ਨਾਲ ਕਬੱਡੀ ਦੇ ਪਲੇਅਰਾਂ ਨੂੰ ਗੁੱਡ ਮੈਨਰਸ ਵੀ ਦਿੱਤੇ ਆ, ਅਤੇ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਵੀ ਸਾਰੇ ਪਲੇਅਰ ਇਕੱਠੇ ਨੇ ਸਾਡੇ, ਏਕਾ ਟੀਮ ਦੇ ਵਿੱਚ ਸਾਰਿਆਂ ਦਾ ਕੋਈ ਇੱਦਾਂ ਨਹੀਂ ਹੁੰਦਾ, ਕਦੇ ਪਾਰਟ ਨਹੀਂ ਪਵਾ ਸਕਦਾ ਸਾਡੀ ਟੀਮ ਦੇ ਵਿੱਚ, ਕੋਚ ਸਾਹਿਬ ਨੇ ਇੱਦਾਂ ਦੇ ਮੈਨਰ ਸਿਖਾਏ ਸਾਨੂੰ ਸਾਰੇ ਬੰਦਿਆਂ ਨੂੰ। ਜਿੱਦਾਂ ਵੀ ਹੁਣ ਹੈਪੀ ਆਇਆ, ਗੁਰਦੀਪ ਹੋ ਗਿਆ ਆਪਣਾ, ਇੱਕੇ ਸਰਕਲ ਹੈ ਜਿੱਥੇ ਖੇਡਣਾ, ਕੋਚ ਸਾਹਿਬ ਨੇ ਕਿਹਾ ਇਕੱਠੇ ਖੇਡਣਾ ਅਸੀਂ, ਕਦੇ ਇੱਦਾਂ ਨਹੀਂ ਵੀ ਹਾਂ ਵੀ ਉਹ ਦੂਜੇ ਪਾਸੇ ਖੇਡੂਗਾ ਦੂਜੇ ਪਾਸੇ, ਸਾਡੀ ਸ਼ੁਰੂ ਤੋਂ ਇੱਕੋ ਅਕੈਡਮੀ ਜਿਹੜੇ ਮੌਲੀ ਵੈਦਵਾਨ ਅਕੈਡਮੀ ਵੱਲੋਂ ਖੇਡੇ ਸੀ ਸ਼ੁਰੂ ਤੋਂ ਹੀ ਪਹਿਲਾਂ ਉਹ, ਜਾਣੀ ਕੋਚ ਸਾਹਿਬ ਜੀ ਨੇ ਜੋ ਕਹਿਤਾ ਉਹ। ਹਾਂਜੀ ਹਾਂਜੀ ਹਾਂਜੀ, ਜੋ ਕੋਚ ਸਾਹਿਬ ਨੇ ਕਹਿਤਾ ਬਸ ਉਹੀ ਹੈ ਸਾਡੇ ਵਾਸਤੇ ਦਨ ਦਨ ਹੈ। ਹਾਂਜੀ, ਹੋਰ ਕੋਚ ਸਾਹਿਬ ਜੀ ਦਾ ਸੁਭਾਅ ਤੁਹਾਨੂੰ ਕਿੱਦਾਂ ਲੱਗਦਾ? ਕੋਚ ਸਾਹਿਬ ਜੀ ਸਾਨੂੰ ਤਾਂ ਬਾਬਾ ਨਾਨਕ ਹੈ ਸਾਡਾ ਭਰਾ, ਬਾਬਾ ਨਾਨਕ। ਸਖਤ ਔਰ ਨਰਮੀ ਦੋ ਚੀਜ਼ਾਂ ਹੁੰਦੀਆਂ ਨੇ, ਕਿਉਂਕਿ ਇੱਕ ਪਲੇਅਰ ਬਣਨ ਲਈ ਉਹਨੂੰ ਥੋੜ੍ਹਾ ਘੂਰਨਾ ਵੀ ਪੈਂਦਾ ਜੇ ਨਹੀਂ ਠੀਕ ਆਉਂਦਾ, ਕਿ ਸਮੇਂ ਸਮੇਂ ਨਾਲ ਕੋਚ ਸਾਹਿਬ ਘੂਰਦੇ ਵੀ ਆ ਤੁਹਾਨੂੰ? ਸਮੇਂ ਨਾਲ ਡਾਂਟਦੇ ਵੀ ਆ? ਹਾਂਜੀ, ਕਈ ਵਾਰ ਮਿਲ ਵੀ ਜਾਂਦੀ ਆ ਜੀ, ਕਈ ਵਾਰ ਪੈ ਜਾਂਦੇ ਆ, ਕਈ ਵਾਰ ਡੱਡੂ ਫੜੱਪੇ ਲਾਉਣੇ ਪੈ ਜਾਂਦੇ ਆ ਕਦੇ ਕਦੇ, ਕਈ ਵਾਰ ਜਦੋਂ ਆਪਣੇ ਤੋਂ ਗਲਤੀ ਹੋ ਜਾਂਦੀ ਆ ਆਪਣੇ ਕਿਸੇ ਕਾਰਨ ਜੇ ਡਾਂਟ ਪੈਂਦੀ ਆ, ਕੁੱਟ ਵੀ ਪੈ ਜਾਂਦੀ ਆ, ਪਰ ਜਿਹੜਾ ਵਧੀਆ ਇਨਸਾਨ ਵਧੀਆ ਕੋਚ ਹੁੰਦਾ ਉਹ ਉਸ ਤੋਂ ਬਾਅਦ ਉਹ ਪਲੇਅਰ ਨੂੰ ਬਾਅਦ 'ਚ ਸਵਾਸੀ ਵੀ ਦਿੰਦਾ ਕਿ ਕੋਈ ਗੱਲ ਨਹੀਂ ਹੈ ਨਾ, ਮੈਂ ਤੈਨੂੰ ਖੇਡ ਕਰਕੇ ਘੂਰਿਆ, ਅਤੇ ਤੈਨੂੰ ਉਹਨੂੰ ਬੰਦੇ ਨੂੰ ਪਲੇਅਰ ਨੂੰ ਫੀਲ ਹੋ ਜਾਂਦਾ ਕਿ ਮੈਨੂੰ ਇਸ ਕਰਕੇ ਘੂਰਿਆ ਗਿਆ। ਸਹੀ ਗੱਲ ਹੈ ਜੀ, ਹਰ ਪੱਖੋਂ ਜਾਣੀ ਸਹੀ ਆ, ਬਿਲਕੁਲ ਸਹੀ ਹੈ ਜੀ ਸਾਡੇ ਵੱਲੋਂ। ਤੁਸੀਂ ਸੰਤੁਸ਼ਟ ਹੋ? ਬਿਲਕੁਲ ਸੰਤੁਸ਼ਟ ਹੈ ਜੀ। ਹੋਰ ਆਉਣ ਵਾਲੇ ਸਮੇਂ 'ਚ ਕੀ ਉਮੀਦ ਆ ਕਿ ਕਿੰਨੇ ਕੁ ਪਲੇਅਰ ਇਸ ਅਕੈਡਮੀ 'ਚੋਂ ਸਾਨੂੰ ਕਬੱਡੀ ਨੂੰ ਮਿਲਣਗੇ? ਉਮੀਦ ਜੀ ਆਪਣੇ ਕੋਲ ਪਲੇਅਰ ਹੁਣ ਵੀ ਬਥੇਰੇ ਨੇ ਹੈਗੇ, 30-35 ਵਧੀਆ ਰਹੇ। ਹਾਂਜੀ ਵਧੀਆ, ਪੂਰੇ ਨੇ ਜੀ, ਬਾਕੀ ਹਜੇ ਲੋਕਡਾਊਨ ਕਰਕੇ ਬਾਕੀ ਪਲੇਅਰਾਂ ਨੂੰ ਹਜੇ ਰੱਖਦੇ ਨੇ, ਇੱਥੇ ਵੀ 30 ਮੁੰਡੇ ਰੱਖੇ ਹੋਏ ਨੇ ਪੁਰਾਣੇ ਪਹਿਲਾਂ ਵਾਲੀ। ਠੀਕ ਆ। ਲੋਕਡਾਊਨ ਦੇ ਦੌਰਾਨ ਤੁਹਾਨੂੰ ਵੀ ਕੋਈ ਪ੍ਰੋਬਲਮ ਆਈ? ਲੋਕਡਾਊਨ ਤਾਂ ਬਸ ਆਈ ਸੀਗਾ, ਮੈਚ ਮੂਚ ਨਹੀਂ ਹੋਏ ਜੀ, ਘਰ ਬੈਠੇ ਰਹੇ ਸਾਰੇ ਬੰਦੇ, ਇਹਦੇ ਕਰਕੇ ਹੀ ਹੋਇਆ ਵਾ। ਅੱਛਾ, ਮਿਹਨਤ ਚੱਲੀ ਗਈ ਆ? ਮਿਹਨਤ ਚੱਲਦੀ ਹੈ, ਹਾਂਜੀ ਮਿਹਨਤ ਕਰੀ ਜਾਂਦੇ ਹੁਣ ਪ੍ਰੋਪਰ। ਹਾਂਜੀ ਪ੍ਰੋਪਰ ਮਿਹਨਤ ਕਰਦੇ ਹੁਣ ਦੋ ਟਾਈਮ। ਕੀ ਉਮੀਦ ਆ ਆਉਣ ਵਾਲੇ ਦਿਨਾਂ 'ਚ ਕਬੱਡੀ ਖੋਲੋ? ਕਬੱਡੀ ਦੇ ਹੁਣ ਮੈਚ ਚਲੋ ਹੁਣ ਤਾਂ ਲੱਗ ਗਈ ਹੌਲੀ ਹੌਲੀ, ਖੁੱਲ੍ਹੇ ਜਾਣਾ ਇਹਨਾਂ ਦਾ ਕਰਕੇ, ਕਿਸਾਨ ਯੂਨੀਅਨ ਕਰਕੇ ਉੱਧਰ ਥੋੜ੍ਹਾ ਜਿਹਾ ਹੋਇਆ ਸੀਗਾ, ਬਾਕੀ ਹੁਣ ਖੁੱਲ੍ਹ ਜਾਣੇ ਮੈਚ, ਵਧੀਆ ਹੋਣਗੇ। ਥੈਂਕ ਯੂ ਪੰਮਾ ਜੀ, ਧੰਨਵਾਦ। ਠੀਕ ਹੈ ਬਾਈ। ਗੁਰਦੀਪ ਜੀ, ਸਤਿ ਸ਼੍ਰੀ ਅਕਾਲ ਬਾਈ। ਬਾਈ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਜੀ? ਬਹੁਤ ਧੰਨਵਾਦ ਤੁਹਾਡਾ ਆਉਣ ਦੇ ਇੱਥੇ। ਹੋਰ ਠੀਕ ਠਾਕ ਹੋ? ਹਾਂਜੀ ਠੀਕ ਠਾਕ ਜੀ। ਆਪਣਾ ਦੋਸਤੋ ਦੇਖੋ, ਐਡੇ ਐਡੇ ਪਲੇਅਰ ਕੱਦ ਵੇਖ ਕੇ ਰੂਹ ਖੁਸ਼ ਹੋ ਜਾਂਦੀ ਹੈ ਨਾ, ਕਿ ਉੱਚਾ ਲੰਮਾ ਗੱਭਰੂ ਦਲੇਰ ਲੱਗਦਾ, ਭਾਬੀ ਮੁੰਡਾ ਕੌਡੀ ਦਾ ਪਲੇਅਰ ਲੱਗਦਾ, ਅਕਸਰ ਅਸੀਂ ਗਰਾਊਂਡਾਂ 'ਚ ਬੋਲਦੇ ਹਾਂ ਜਦੋਂ ਗੁਰਦੀਪ ਖੇਡਦਾ। ਇਹ ਪਹਿਲੀ ਵਾਰ ਮੈਂ ਦੱਸ ਦੇਣਾ ਚਾਹੁੰਦਾ ਤੁਹਾਨੂੰ, ਅੱਜ ਤੋਂ 6-7 ਸਾਲ ਪਹਿਲਾਂ ਲੰਗੜੋਈ ਦੇ ਕਬੱਡੀ ਕੱਪ 'ਤੇ ਤੇਰੇ ਦਰਸ਼ਨ ਦਿਦਾਰੇ ਹੋਏ ਸੀਗੇ, ਉੱਥੇ ਬੜਾ ਵਧੀਆ ਖੇਡਿਆ ਸੀਗਾ ਗੁਰਦੀਪ। ਉਸ ਤੋਂ ਬਾਅਦ ਤੁਸੀਂ ਕਿੱਥੇ ਕਿੱਥੇ ਖੇਡੇ? ਪੰਜਾਬ ਹਰਿਆਣਾ ਤਾਂ ਖੇਡੀ ਜਾਂਦੇ ਜੀ, ਬਸ 2005 ਬਾਹਰ ਖੇਡ ਗਏ ਸੀ, ਯੂਰਪ ਗਏ ਸੀ। ਯੂਰਪ? ਹਾਂ ਜੀ। ਅਤੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ? ਹਾਂ ਜੀ, ਅਨੰਦਪੁਰ ਸਾਹਿਬ ਧਰਤੀ 2020 ਚੈਂਪੀਅਨਸ਼ਿਪ 'ਤੇ ਜੀ, ਨੌਰਥ ਫੈਡਰੇਸ਼ਨ 'ਤੇ ਜੀ, ਬੈਸਟ ਰਹੇ ਜੀ। ਬੈਸਟ ਰਹੇ ਨਾ? ਹਾਂ ਜੀ ਹਾਂ ਜੀ। ਠੀਕ ਹੈ, ਉੱਦਾਂ ਕਿੱਦਾਂ ਲੱਗਿਆ ਫਿਰ? ਬਹੁਤ ਵਧੀਆ, ਬਾਜਾਂ ਵਾਲੇ ਪਾਤਸ਼ਾਹ ਦੀ ਧਰਤੀ 'ਤੇ ਤੁਸੀਂ ਬੈਸਟ ਬਣੇ? ਹਾਂ, ਇੱਕ ਹਰ ਇੱਕ ਪਲੇਅਰ ਦਾ ਸੁਪਨਾ ਹੀ ਹੁੰਦਾ ਜੀ ਕਿ ਵੱਡੇ ਕੱਪ 'ਤੇ ਬੈਸਟ ਰਹੀਏ ਜੀ, ਅਤੇ ਪੰਜਾਬ 'ਚ ਇਹੀ ਹੈ, ਮੇਨ ਕੱਪ ਅਨੰਦਪੁਰ ਸਾਹਿਬ ਦਾ ਜੀ, ਬੱਦੋਵਾਲ ਦਾ ਕੱਪ ਹੋ ਗਿਆ, ਰਾਏਕੋਟ ਦੇ ਕੱਪ ਹੋ ਗਏ ਜੀ। ਹਾਂਜੀ, ਅਨੰਦਪੁਰ ਸਾਹਿਬ 'ਤੇ ਰਹੇਗਾ ਜੀ, ਬਹੁਤ ਵਧੀਆ ਹੋਊਗਾ ਜੀ, ਮਹਾਰਾਜ ਦਾ ਸ਼ੁਕਰਾਨਾ ਕਰਦੇ ਹਾਂ, ਹੋਰ ਕੀ ਚਾਹੀਦਾ ਹੁੰਦੇ ਨੇ? ਹੋਰ ਕਿਹੜੇ ਕਿਹੜੇ ਵੱਡੇ ਕਬੱਡੀ ਕੱਪ ਤੁਹਾਨੂੰ ਬੈਸਟ ਬਣਨ ਦਾ ਮੌਕਾ ਮਿਲਿਆ? ਆਪਣੇ ਇੱਕ ਤਾਂ 80 ਕਲਾਂ ਰਿਹਾ ਸੀ ਜੀ ਮੈਂ ਬੁਲਟ 'ਤੇ ਜੀ। ਹਾਂ ਜੀ, ਆਪਣਾ ਹੋਰ ਪੰਜਾਬ 'ਚ ਇੱਕ NRI ਨਕੋਦਰ ਖੇਡਿਆ ਜੀ ਇੱਕ ਸਾਲ ਜੀ ਮੈਂ, ਬਾਕਰਪੁਰ ਕੱਪ ਹੋਏ ਸਾਡੇ ਬਾਕਰਪੁਰ। ਹਾਂ ਜੀ, ਉੱਥੇ ਰਿਹਾ ਜੀ, ਉੱਥੇ ਬੈਸਟ। ਹਾਂ, ਹੋਰ ਤਾਂ ਇਹ ਤਾਂ ਪਿੰਡ ਵਾਰ 'ਤੇ ਤਾਂ ਖੇਡੀ ਜਾਂਦੇ ਜੀ, ਪਿੰਡ ਵਾਰ 'ਤੇ ਬੈਸਟ ਰਹੇ ਜੀ ਬਹੁਤ ਕੱਪਾਂ 'ਤੇ, ਪਰ ਜਿਹੜੇ ਵੱਡੇ ਕੱਪ ਉਹਦਾ ਅਕੈਡਮੀਆਂ ਦੇ ਹੀ ਗਿਣੇ ਜਾਣੇ ਜੀ। ਤੁਹਾਡੀ ਇਹ ਇੰਟਰਨੈਸ਼ਨਲ ਪੱਧਰ ਦੀ ਗੇਮ ਤੱਕ, ਬਾਹਰਲੇ ਮੁਲਕਾਂ ਦੀ ਸ਼ੈਰ ਕਰਨ ਤੱਕ ਤੁਹਾਡੀ ਕਬੱਡੀ ਵਿੱਚ
ਮਾਸਟਰ ਜੀ ਉਹਨੂੰ ਬੈਠੇ ਆ ਜੀ ਇਹਨਾਂ ਦਾ ਹੀ ਰੋਲ ਹੈ ਜੀ ਇਹਨਾਂ ਦੀ ਹਾਂਜੀ ਉਹਨਾਂ ਦੇ ਉੱਪਰ ਹੈ ਨਹੀਂ ਕੋਈ ਸਾਨੂੰ ਉਸਤਾਦ ਜੀ ਇਹ ਨੇ ਹਾਂਜੀ ਹਾਂਜੀ ਆਉਣ ਵਾਲੇ ਦਿਨ ਜਿਹੜਾ ਸਮਾਂ ਉਹਦੇ ਲਈ ਤੁਹਾਡੀ ਕੀ ਪਲਾਨ ਹੈਗਾ ਤਾਂ ਜੀ ਦੇਖੋ ਜੀ ਮਾਸਟਰ ਜੀ ਮਿਹਨਤ ਕਰਾ ਰਹੇ ਸਾਨੂੰ ਦੋ ਟਾਈਮ ਜੀ ਅੱਛਾ ਜ਼ੋਰ ਲਾ ਰਹੇ ਜੀ ਪੂਰਾ ਜਦੋਂ ਮੈਚ ਖੁੱਲ੍ਹ ਗਿਆ ਜੀ ਫਿਰ ਪਤਾ ਲੱਗੂਗਾ ਜੀ ਡਿਸੀਜਨ ਲਿਆ ਕਿ ਕਿਹੜੀ ਅਕੈਡਮੀ ਵੱਲੋਂ ਖੇਡਣਾ ਨਹੀਂ ਹਾਲੇ ਤੱਕ ਤਾਂ ਅਕੈਡਮੀ ਦਾ ਜੀ ਫੋਨ ਫੋਨ ਆਈ ਜਾਂਦੇ ਆ ਜੀ ਅੱਛਾ ਪਰ ਜਿੱਕਣ ਜੇ ਮੈਚ ਖੁੱਲੂਗੇ ਤਾਂ ਹੀ ਬਣਦਾ ਜੀ ਅਕੈਡਮੀ ਨਾਲ ਤਾਂ ਆਲੋਪਨ ਦੇ ਮੈਚ ਸ਼ੁਰੂ ਹੋ ਜਾਂਦੇ ਆ ਜੀ ਉੱਦਾਂ ਤੁਸੀਂ ਫਿੱਟ ਹੋ ਬਿਲਕੁਲ ਹਾਂਜੀ ਹਾਂਜੀ ਫਿੱਟ ਬਿਲਕੁਲ ਤਿਆਰੀ ਆ ਹਾਂਜੀ 18 ਨੂੰ ਖੇਡਣਾ ਆ ਜਾਂਦਾ ਜੀ 18 ਨੂੰ ਖੇਡਣਾ ਹਾਂਜੀ ਹਾਂਜੀ 18 ਬੈਸਟ ਆਫ ਲੱਕ ਸਾਡੇ ਵੱਲੋਂ ਤੁਹਾਡੀ 18 ਤਰੀਕ ਤੋਂ ਜਿਹੜੀ ਆਹ ਸੀਜ਼ਨ ਦੀ ਹੁਣ ਨਵੀਂ ਕਬੱਡੀ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਦੁਆਵਾਂ ਨੇ ਕਿ ਤੁਸੀਂ ਮਹਾਰਾਜ ਦੀ ਕਿਰਪਾ ਦੇ ਨਾਲ ਹੋਰ ਬੁਲੰਦੀਆਂ ਨੂੰ ਛੂਮੋ ਜਿਹੜੇ ਜਿਹੜੇ ਮੁਲਕ ਰਹਿੰਦੇ ਆ ਤੁਸੀਂ ਉਹਨਾਂ ਮੁਲਕਾਂ ਜਾ ਕੇ ਸੋਹਣੀ ਖੇਡ ਖੇਡੋ ਆਪਣੇ ਉਸਤਾਦ ਜੀਆਂ ਦਾ ਆਪਣੇ ਕੋਚ ਸਾਹਿਬਾਨਾਂ ਦਾ ਨਾਂ ਆਪਣੇ ਮਾਤਾ ਪਿਤਾ ਦਾ ਲਾਕੇ ਦਾ ਨਾਂ ਰੋਸ਼ਨ ਕਰੋ ਸਾਡੇ ਲਈ ਇਹ ਦੁਆਵਾਂ ਬੈਸਟ ਆਫ ਲੱਕ ਥੈਂਕ ਯੂ ਭਰਾ ਸੋ ਇਹ ਸਨ ਗੁਰਦੀਪ ਜੀ ਜੀਰਕਪੁਰ ਵਾਲੇ ਅਤੇ ਨਾਲ ਆਪਾਂ ਤੁਹਾਨੂੰ ਸਾਰੇ ਹੁਣ ਸ਼ਖਸੀਅਤਾਂ ਦੇ ਦਰਸ਼ਨ ਵੀ ਕਰਵਾ ਲਏ ਕਿ ਕਿਹੜੇ ਕਿਹੜੇ ਸੱਜਣ ਇਸ ਕੈਂਪ ਦੇ ਵਿੱਚ ਅੱਜ ਸ਼ਾਮਿਲ ਹੋਏ ਆ ਉਹ ਰੂਹਾਂ ਦੋਸਤੋ ਜਿਨ੍ਹਾਂ ਨੇ ਇਸ ਇਲਾਕੇ ਨੂੰ ਕਬੱਡੀ ਦੀ ਚਿਣਗ ਲਾਈ ਬੰਦ ਹੋਈ ਕਬੱਡੀ ਨੂੰ ਸੁਰਜੀਤ ਕਰਨ ਦੇ ਲਈ ਚਾਲੂ ਕਰਨ ਦੇ ਲਈ ਆਪਣਾ ਆਪਾ ਵਾਰਿਆ ਔਰ ਆਪਣੇ ਜ਼ਰੂਰੀ ਰੁਝੇਵੇਂ ਛੱਡ ਕੇ ਇਸ ਇਲਾਕੇ ਨੂੰ ਦੁਬਾਰਾ ਫਿਰ ਕਬੱਡੀ ਦੀਆਂ ਨਵੀਆਂ ਪਿਰਤਾਂ 'ਤੇ ਲੈ ਕੇ ਆਇਆ ਨਵੀਆਂ ਪਿਰਤਾਂ ਪਾਈਆਂ ਕਬੱਡੀ ਦੀਆਂ ਔਰ ਕਬੱਡੀ ਨੂੰ ਫਿਰ ਨਵੀਆਂ ਲੀਹਾਂ 'ਤੇ ਲਿਆ ਕੇ ਕਬੱਡੀ ਨੂੰ ਬਹੁਤ ਦੂਰ ਤੱਕ ਲੈ ਗਏ ਅੱਜ ਆਪਾਂ ਸਾਰੇ ਜਾਣਦੇ ਹਾਂ ਕਿ ਇਸ ਅਕੈਡਮੀ ਦੇ ਪਲੇਅਰਾਂ ਨਾਲ ਤੁਹਾਡੀ ਗੱਲਬਾਤ ਵੀ ਕਰਵਾਈ ਹੈ ਕਿ ਕਿਹੜੇ ਕਿਹੜੇ ਪਲੇਅਰ ਇਹ ਰੂਹਾਂ ਨੇ ਸਾਡੀ ਖੇਡ ਕਬੱਡੀ ਨੂੰ ਦਿੱਤੇ ਆ ਅਤੇ ਆਉਣ ਵਾਲੇ ਸਮੇਂ 'ਚ ਦਿੰਦੇ ਰਹਿਣਾ 7 ਪਲੇਅਰ ਇਹਨਾਂ ਦੇ ਤਿਆਰ ਕੀਤੇ ਹੋਏ ਵਰਲਡ ਕੱਪਾਂ ਦੇ ਵਿੱਚ ਖੇਡੇ ਔਰ 35 ਤੋਂ ਪਲੱਸ ਜਿਹੜੇ ਪਲੇਅਰ ਹੈ ਉਹ ਇੰਟਰਨੈਸ਼ਨਲ ਪੱਧਰ ਤੱਕ ਜਿਹੜੇ ਸੁਪਰ ਸਟਾਰ ਹੈ ਉਹ ਖੇਡ ਚੁੱਕੇ ਹੈ ਅਤੇ ਛੋਟੇ ਮੋਟੇ ਮੁਲਕਾਂ ਵਿੱਚ ਹੋਰ ਵੀ ਕਈ ਪਲੇਅਰ ਹੈ ਜਿਹੜੇ ਖੇਡ ਚੁੱਕੇ ਨੇ ਅਤੇ ਆਉਣ ਵਾਲੇ ਦਿਨਾਂ 'ਚ ਜਿਹੜੇ ਵਿਦੇਸ਼ੀ ਧਰਤੀਆਂ ਦੇ ਟੂਰ ਹੈ ਇਸ ਅਕੈਡਮੀ ਵੱਲੋਂ ਵਧੀਆ ਵਧੀਆ ਪਲੇਅਰ ਹੋਰ ਬਾਹਰਲੇ ਮੁਲਕਾਂ ਲਈ ਖੇਡਣ ਜਾਣਗੇ ਇਹੀ ਸਾਡੀ ਉਮੀਦ ਹੈ ਸੋ ਬਹੁਤ ਬਹੁਤ ਧੰਨਵਾਦ ਜਿੰਨੀ ਵੀ ਸੰਗਤ ਇਸ ਕੈਂਪ ਦੇ ਵਿੱਚ ਸ਼ਾਮਿਲ ਹੋਈ ਮਾਸਟਰ ਭੁਪਿੰਦਰ ਸਿੰਘ ਜੀ ਪਿੰਦਾ ਸਾਹਿਬ ਸਰਦਾਰ ਮੱਖਣ ਸਿੰਘ ਜੀ ਕਜੇੜੀ ਸਾਹਿਬ ਸਰਦਾਰ ਕਰਮਜੀਤ ਸਿੰਘ ਜੀ ਢੇਲਪੁਰ ਸਾਹਿਬ ਬਾਈ ਹਰਜੋਤ ਸਿੰਘ ਜੀ ਗੱਬਰ ਇਹਨਾਂ ਦੇ ਸੱਦੇ 'ਤੇ ਸਾਰੇ ਪਲੇਅਰ ਔਰ ਜੋ ਵੀ ਕਬੱਡੀ ਨੂੰ ਚਾਹੁਣ ਵਾਲੇ ਪਹੁੰਚੇ ਹੈ ਸਾਰਿਆਂ ਦਾ ਸਾਡੀ ਟੀਮ ਵੱਲੋਂ ਕਬੱਡੀ ਦੀਆਂ ਗੱਲਾਂ ਯੂਟਿਊਬ ਚੈਨਲ ਦੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਤਿ ਸ਼੍ਰੀ ਅਕਾਲ